ਨਜ਼ੀਬ ਜਿੰਨੇ ਗਾਣੇ ਕੱਢੇਗਾ ਥੱਲੇ ਕਮੈਂਟਾਂ 'ਚ ਜੱਟ ਹੀ ਮਿਲਣਾ ਹੁਣ। ਉਹ ਜਾ ਬਹਿ ਜਾ ਭਰਾਵਾ, ਆਪਦਾ ਪੋਡਕਾਸਟ ਚਲਾਉਣਾ ਹੋਣਾ ਹੈ, ਕਲਿੱਪ ਕੱਟ ਕੇ ਤੂੰ ਹਨਾ, ਤੂੰ ਮੂੰਹ 'ਤੇ ਦੇਖਣ ਤੋਂ ਮੈਨੂੰ ਥਰਡ ਕਲਾਸ ਛਪਰੀ ਜਿਹਾ ਲੱਗਦਾ, ਅਤੇ ਹੁਣ ਮੈਂ ਕੀ ਕਹਾਂ ਇਹ ਤੋਂ ਵੱਧ। ਘਬਰਾਹਟ ਹੋਣ ਲੱਗ ਗਈ ਨਾ, ਘਬਰਾ ਬੜੀ ਜਲਦੀ ਜਾਂਦਾ ਨਸੀਬ ਤੂੰ। ਹਾਂਜੀ ਕਿੱਦਾਂ ਫਿਰ, ਬਹੁਤ ਦੇਰ ਬਾਅਦ ਨਾ ਅੰਦਰੋਂ ਦਿਲੋਂ ਰੋਸਟ ਕਰਨ ਜਾ ਰਹੇ ਹਾਂ। ਪਹਿਲਾਂ ਕੋਈ ਮਤਲਬ ਨਹੀਂ ਸੀਗਾ, ਜੋ ਮਰਜ਼ੀ ਕਰੀ ਜਾਂਦਾ ਸੀ ਲਾਈਫ 'ਚ, ਲੇਕਿਨ ਜਦੋਂ ਇਹਦਾ ਆਹ ਇੰਟਰਵਿਊ ਆਇਆ, ਸਿੱਧੂ ਬਾਈ ਨੂੰ ਲੱਗਿਆ ਹੋਣਾ ਕਿ ਲਾਈਕ ਮੈਂ ਹੀ ਨਸੀਬ ਦਾ ਸਾਰਾ ਕੁਛ ਕਰ ਸਕਦਾ, ਲੱਗਿਆ ਹੋਣਾ ਬਾਈ ਨੂੰ ਆਹ ਚੀਜ਼ ਤੋਂ। ਮੈਂ ਸਿੱਧੂ ਬਾਈ ਨੂੰ ਪਹਿਲੇ ਦਿਨ ਹੀ ਮਿਲ ਕੇ ਗਿਆ, ਤੇ ਸਿੱਧੂ ਨੂੰ ਬਾਈ ਮੈਂ ਬਾਈ ਜੀ ਕਰਕੇ ਤੁਹਾਡੇ ਪਿੱਛੇ ਪਿੱਛੇ ਤੁਰਿਆ ਫਿਰੂੰਗਾ ਨਾ, ਤੁਹਾਡੇ ਕੋਲ ਗਾਊਂਗਾ ਨੈੱਟ 'ਤੇ ਬੈਠ ਕੇ। ਉਸ ਤੋਂ ਬਾਅਦ ਮੈਂ ਕਮੈਂਟ ਸੈਕਸ਼ਨ ਪੜਿਆ, ਤੁਸੀਂ ਹਰ ਕਿਤੇ ਦੇਖ ਹੀ ਰਿਹਾ ਯਾਰ, ਇੰਸਟਾਗ੍ਰਾਮ ਖੋਲੀਦਾ ਉੱਥੇ ਇਹਦੀਆਂ ਰੀਲਸ ਆ ਜਾਂਦੀਆਂ। ਮੈਂ ਸਕਰੋਲ ਕੀਤਾ, ਮੈਂ ਅਵੋਇਡ ਕੀਤਾ, ਮੈਂ ਕਿਹਾ ਅਵੋਇਡ ਕਰੋ, ਲੇਕਿਨ ਫਿਰ ਵੀ ਤੁਹਾਡੇ ਮੈਸੇਜ ਆਏ। ਉਸ ਤੋਂ ਬਾਅਦ ਮੈਂ ਕਿਤੇ ਨਾ ਕਿਤੇ ਮੈਂ ਨਾ ਇਹਦਾ ਇੰਟਰਵਿਊ ਦੇਖ ਲਿਆ ਸਾਰਾ, ਮੇਰੇ ਕੋਲ ਰਿਹਾ ਨਹੀਂ ਗਿਆ, ਤਾਂ ਮੈਂ ਰੋਸਟ ਵੀਡੀਓ ਬਣਾ ਰਿਹਾ। ਪਹਿਲਾਂ ਤਾਂ ਭਾਜੀ ਲਈ ਦੋ ਸ਼ਬਦ, ਮਜ਼ਾ ਨਾ ਸਵਾਦ ਮਾੜੀ ਨਿਕਲੀ ਅਲਾਦ। ਸੁਲਤਾਨ ਨੇ ਇਹਨੂੰ ਰੋਸਟ ਕੀਤਾ, ਉਸ ਤੋਂ ਬਾਅਦ ਬੀਬਾ ਬੋਇਜ਼ ਨਾਲ ਦੇ ਪੰਗੇ ਪੈਂਦੇ ਰਿਹਾ, ਸਾਰੇ ਕਿਤੋਂ ਇਹਨੇ ਜਲੂਸ ਕਢਾਇਆ। ਫੁੱਟ ਗਏ ਨਸੀਬ ਤੇਰੇ, ਫੁੱਟ ਗਏ ਨਸੀਬ। ਨਸੀਬ ਨਾਮ ਕਿਵੇਂ ਪਿਆ ਸਭ ਨੂੰ, ਮੈਂ ਥੋੜੇ ਇੰਟਰੋਡਕਸ਼ਨ ਦੇਣਾ, ਫਿਰ ਆਪਾਂ ਇੰਟਰਵਿਊ ਤੇ ਹੁੰਦੇ ਹਾਂ। ਨਾਮ ਇਹਦਾ ਨਸੀਬ ਪਿਆ, ਸੁਲਤਾਨ ਨੇ ਦਿੱਤਾ ਨਾਮ ਇਹਨੂੰ, ਕਿਉਂਕਿ ਇਹਨੇ ਇੱਕ ਗੱਡੀ 'ਚ ਰੈਪ ਸੁਣਾਈ ਸੁਲਤਾਨ ਨੂੰ। ਸੁਲਤਾਨ ਨੇ ਕਿਹਾ ਤੇਰਾ ਨਾਮ ਨਸੀਬ ਘੈਂਟ ਆ, ਨਸੀਬ ਰੱਖ ਲੈਣਾ, ਮਤਲਬ ਜਿਹੜੀ ਥਾਲੀ 'ਚ ਖਾਂਦਾ ਉਹ 'ਚ ਛੇਦ ਕਰਦਾ ਵਾ। ਸੁਲਤਾਨ ਕੋਲੋਂ ਸਿੱਖਿਆ, ਉਹਨੂੰ ਡਿਸ ਮਾਰਦਾ ਬੇਮਤਲਬ ਹੀ। ਬੀਬਾ ਬੋਇਜ਼ ਨਾ ਰਿਹਾ, ਉਹਨਾਂ ਨਾਲ ਪੰਗੇ ਲੈ ਲਏ। ਉਸ ਤੋਂ ਬਾਅਦ ਸਿੱਧੂ ਨੇ ਕਿੰਨੀ ਸਪੋਰਟ ਕੀਤੀ, ਓਲਡ ਸਕੂਲ, ਠੀਕ ਆ, ਓਲਡ ਸਕੂਲ ਤੋਂ ਹੀ ਮੈਂ ਇਹਨੂੰ ਜਾਣਿਆ ਸੀ, ਹਜੇ ਤੱਕ ਮੈਂ ਓਲਡ ਸਕੂਲ ਕਿੰਨੀ ਵਾਰ ਸੁਣ ਚੁੱਕਾ ਰਿਪੀਟ ਤੇ, ਲੇਕਿਨ ਤੁਹਾਨੂੰ ਪਤਾ ਨਾ ਬਸ ਸਕਿਪ ਕਰਕੇ ਸਿੱਧੂ ਦੇ ਰੈਪ ਤੇ ਆ ਜਾਂਦੇ ਹੁੰਦੇ ਆ, ਜਾਂ ਫਿਰ ਸਿਰਫ ਆਪਾਂ ਉਹ ਜਿਹੜਾ ਮੂਰੀਆਂ ਦੋਲੇ ਨਾ ਉਹ ਸੁਣੀ ਦੀਆਂ, ਤੇ ਸਿੱਧਾ ਸਿੱਧੂ ਰੈਪ, ਇਹਦਾ ਪਤਾ ਹੀ ਨਹੀਂ ਹੈਗਾ ਕੀ ਬੋਲਦਾ ਵਿੱਚ ਕੀ ਨਹੀਂ। ਸਿੱਧੂ ਨੇ ਇੰਨੀ ਸਪੋਰਟ ਕੀਤੀ ਇਹਨੂੰ, ਤੇ ਉਸ ਤੋਂ ਬਾਅਦ ਇਹਨੇ ਇੰਟਰਵਿਊ 'ਚ ਆ ਚੀਜ਼ ਤਾਂ ਮੈਂ ਸਿੱਧੂ ਬਾਈ ਨੂੰ ਪਹਿਲੇ ਦਿਨ ਹੀ ਮਿਲ ਕੇ ਗਿਆ, ਤੇ ਸਿੱਧੂ ਬਾਈ ਮੈਂ ਬਾਈ ਜੀ ਕਰਕੇ ਤੁਹਾਡੇ ਪਿੱਛੇ ਤੁਰਿਆ ਫਿਰੂੰ ਹਨਾ, ਤੁਹਾਡੇ ਗੁਣ ਗਾਊਂਗਾ ਨੈੱਟ 'ਤੇ ਬੈਠ ਕੇ। ਇੰਟਰਵਿਊ 'ਚ ਚਲੋ ਯਾਰ, ਜਿਹੜਾ ਬੰਦਾ ਸਰੀਰ ਹੀ ਛੱਡ ਗਿਆ, ਮੈਂ ਨਹੀਂ ਕਹਿੰਦਾ ਬਾਈ ਸਰੀਰ ਛੱਡ ਗਿਆ, ਆਤਮਾ ਅਜੇ ਮੈਂ ਹੀ ਮੰਨਦਾ ਇੱਥੇ ਆ, ਉਹ ਹਮੇਸ਼ਾ ਸਾਡੇ ਦਿਲਾਂ 'ਚ ਅਲਾਈਵ ਰਹੂਗਾ, ਰਹਿੰਦੀ ਦੁਨੀਆ ਤੱਕ। ਬਈ ਕਹਿੰਦੇ ਝੋਟਾ ਰੈਸਟ ਇਨ ਪਾਵਰ, ਤੁਸੀਂ ਦੇਖੋ ਇੰਟਰਵਿਊ ਦੇ, ਦੇਖੀ ਆ, ਬਾਕੀ ਅੱਜ ਖਤਰਨਾਕ ਰੋਸ ਸੁਣਾ। ਸੋ ਵਿਦਾਊਟ ਵੇਸਟਿੰਗ ਯੂਰ ਇੰਟਰਨੈਟ ਡੇਟਾ ਪਲਾਨਸ ਐਂਡ ਪ੍ਰੀਸ਼ੀਅਸ ਟਾਈਮ, ਲੈਟ ਗੈਟ ਸਟਾਰਟਡ। ਇਹ ਕਹ ਤੋ ਇਹ ਤਾਂ ਪਰਸਨੈਲਿਟੀ ਟ੍ਰੇਟ ਹੈ, ਤਾਂ ਸ਼ੁਰੂ ਤੋਂ ਚੱਲਿਆ ਹੈ ਨਾ, ਜਦੋਂ ਦੀ ਮੈਂ ਪੱਗ ਬੰਨਣ ਲੱਗਿਆ ਮੈਂ ਉਦੋਂ ਦੀ 50 ਨਹੀਂ ਲਾਉਂਦਾ ਸੀਗਾ, ਸਿੱਧਾ ਲੜ ਲਾਉਂਦਾ ਸੀ, ਗਾਹ ਜਾ ਕੇ ਲੋਕੀ ਕਹਿਣ ਲੱਗੇ ਨਸੀਬ ਸਟਾਈਲ ਹੈ, ਉਹ ਚੀਜ਼ ਬਟੀ ਹੈ। ਹੁਣ ਤਾਂ ਵੈਸੇ ਪੱਗ ਬੰਨਣਾ ਇਟਸ ਐਕਚੁਅਲੀ ਅ ਕੂਲ ਥਿੰਗ, ਔਰ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਨੇ ਪੱਗ ਬੰਨੀ। ਪੱਗ ਦੀ ਗੱਲ ਹੋ ਰਹੀ ਹੈ। ਇਫ ਯੂ ਗੋਨਾ ਇਫ ਯੂ ਟਰਬਨ ਗਾਇ ਮਨੀ, ਯੂ ਗੋਨਾ ਗੈਟ ਦ ਮੋ ਮੋ ਗਰਲਸ ਮੋ ਮਨੀ ਮੋ ਫੇਮ, ਇਹ ਗਾ ਮੈਂ ਜਸਟ ਵਾਂਟ ਟੂ ਸੇ ਦੈਟ, ਲਾਈਕ ਮੈਨੂੰ ਮੈਂ ਫੀਲ ਕਰਦਾ। ਇਹ ਕੀ ਕਹਿੰਦਾ ਵੀ ਇਫ ਯੂ ਵੀਅਰ ਟਰਬਨ ਯੂ ਵਿਲ ਗੈਟ ਮੋਰ ਮਨੀ ਮੋਰ ਗਰਲਸ ਐਂਡ ਮੋਰ ਫੇਮ, ਵੀ ਪੱਗ ਬੰਨਨ। ਇਫ ਯੂ ਗੋਨਾ ਇਫ ਯੂ ਟਰਬਨ ਗਾਇ ਮਨੀ, ਯੂ ਗੋਨਾ ਗੈਟ ਦ ਮੋ ਮੋ ਗਰਲਸ ਮੋ ਮਨੀ ਮੋ ਫੇਮ, ਇਹ ਗਾ ਮੈਂ ਜਸਟ ਵਾਂਟ ਟੂ ਸੇ ਦੈਟ, ਲਾਈਕ ਮੈਨੂੰ ਮੈਂ ਫੀਲ ਕਰਦਾ। ਭਾਜੀ ਕਿੰਨੀ ਵਧੀਆ ਗੱਲ ਕਹਿ ਰਿਹਾ ਵੀ ਪੱਗ ਬੰਨਣ ਨਾ, ਕਹਿੰਦੇ ਮੈਂ ਪਗਤਾ ਬੰਨਦਾ ਵੀ ਯੂ ਗੈਟ ਮੋਰ ਮਨੀ ਮੋਰ ਗਰਲਸ ਮੋਰ ਫੇਮ, ਤਾਂ ਕਹਿੰਦਾ ਪੱਗ ਬੰਨੀ ਦੀ। ਮਤਲਬ ਕਿਆ ਕਿਆ ਵਿਚਾਰ ਨੇ ਭਾਜੀ ਦੇ। ਭਾਜੀ ਤੁਹਾਡੇ ਲਈ ਦੋ ਲਾਈਨਾਂ। ਸਿੱਧੂ ਬਾਈ ਦੀ ਇੱਕ ਪੱਗ ਨੂੰ ਕਿੱਥੇ ਲੈ ਕੇ ਗਿਆ ਨਾ ਬਾਈ ਪੰਜਾਬੀਅਤ ਨੂੰ, ਤੇ ਦੂਜਾ ਕਹਿੰਦਾ ਪੱਗ ਨਾਲ ਕੁੜੀਆਂ ਸੈੱਟ ਕਰੋ ਜੀ, ਤੇ ਮੋਰ ਮਨੀ ਮੋਰ ਫੇਮ, ਤੇ ਉਹ ਅੱਗੋਂ ਮੈਡਮ ਵੀ ਸੁਣੀ ਜਾਂਦੇ ਆ ਨਾ ਵੀ। ਪਰ ਪੱਗ ਦੇ ਨਾਲ ਨਾਲ ਜਿਹੜਾ ਰੇਸਿਜ਼ਮ ਵੀ ਹੁੰਦਾ ਜਦੋਂ ਤੁਸੀਂ ਇੱਕ ਨਵੀਂ ਥਾਂ ਤੇ ਆਉਂਦੇ ਹੋ, ਉਹ ਵੀ ਬਹੁਤ ਕਾਮਨ ਹੈ ਕਿਉਂਕਿ ਤੁਸੀਂ ਬਾਕੀਆਂ ਨਾਲ ਵੱਖਰੇ ਦਿਖਦੇ ਹੋ। ਰੇਸਿਜ਼ਮ 5 ਮਿੰਟ ਪਹਿਲਾਂ ਹੋਇਆ ਮੇਰੇ ਨਾਲ, ਰੇਸਿਜ਼ਮ ਤਾਂ ਨਹੀਂ, ਟਰੱਕ ਵਾਲਾ ਸੀਗਾ ਗੋਰਾ ਜਿਹਾ ਹਨਾ, ਉਹਨੂੰ ਲੱਗਿਆ ਕਿ ਹਾਂ ਜਿਹੜੇ ਹਿਸਾਬ ਦੀ ਇੰਟਰਵਿਊ ਕੀਤੀ ਰੇਸਿਜ਼ਮ ਤੇਰੇ ਨਾਲ ਹੁੰਦਾ ਹੀ ਰਹਿਣਾ ਆ ਕਮੈਂਟਾਂ 'ਚ ਦੇਖ 2.2K ਰੇਸਿਜ਼ਮ। ਮੈਂ ਇਹਦੇ ਨਾਲ ਰੈਪ ਸੁਣ ਲਿਆ, ਉੱਥੇ ਲਿਖਿਓ ਜਾ ਕੇ, ਤੁਹਾਨੂੰ ਇਹਦਾ ਨਾਮ ਪਾਉਂਗੇ, ਇਹਦੇ ਆਪਦੇ ਗਾਣੇ ਘੱਟ, ਜ਼ਿਆਦਾ ਤੁਹਾਨੂੰ ਡਿਸ ਟਰੈਕ ਮਿਲਣਗੇ ਜਿਹੜੇ ਆਏ ਹੋਏ ਨੇ। ਕਰਨਾ ਬੈਠਾ 2016 'ਚ ਸਾਡੇ ਨਾਲ, ਮੇਰੇ ਖਿਆਲ ਕਾਲਜ ਦੇ ਦੂਜੇ ਤੀਜੇ ਦਿਨ ਸਾਨੂੰ ਕੋਈ ਸੀ ਵਰਡ ਕਹਿ ਕੇ ਲੰਘ ਗਿਆ ਸੀਗਾ। ਅੱਛਾ, ਤੇ ਸਾਨੂੰ ਨਹੀਂ ਪਤਾ ਸੀ ਵੀ ਲਾਈਕ ਇਹ ਵਰਡ ਦਾ ਮਤਲਬ ਕੀ ਹੁੰਦਾ, ਸਾਡੇ ਤਾਂ ਨੈਟ ਵੀ ਨਹੀਂ ਚੱਲਦਾ ਹੁੰਦਾ ਜਦੋਂ ਫੋਨ ਤੇ, ਟਰਬਨ ਬੰਨੀ ਦੀ। ਅਸੀਂ ਸਿੱਖਾਂ ਵੀ ਜਦੋਂ ਅਸੀਂ ਇੰਟਰਨੈਸ਼ਨਲ ਸਟੂਡੈਂਟ ਆ ਬਾਹਰ ਜਾਈਦਾ, ਸਾਡੇ ਨਾਲ ਰੇਸਿਜ਼ਮ ਹੁੰਦਾ ਵੀ ਗੋਰੇ ਸਾਨੂੰ ਐਂ ਕਰਦੇ ਨੇ ਉਹ ਕਰਦੇ ਨੇ ਨਾ। ਹੁਣ ਤਾਂ ਨਹੀਂ, ਹੁਣ ਦਲਜੀਤ ਬਾਈ ਨੇ ਸਿੱਧੂ ਬਾਈ ਨੇ ਇੰਨਾ ਨਾਮ ਪੱਗ ਦਾ ਰੋਸ਼ਨ ਕਰ ਦਿੱਤਾ, ਵਰਲਡ ਵਾਈਡ ਕਰ ਦਿੱਤਾ ਵਾ, ਠੀਕ ਆ। ਹੁਣ ਤੇਰੇ ਵਰਗੀ ਹੂਸਿਆਂ ਨਾਲ ਹੀ ਰੇਸਿਜ਼ਮ ਹੁੰਦਾ ਵਾ, ਠੀਕ ਆ, ਕੋਈ ਖੰਘ ਦਾ ਨਹੀਂ ਮੂਹਰੇ, ਠੀਕ ਆ, ਇਹ ਤੇਰੇ ਨਾਲ ਹੀ ਹੋਇਆ ਕਿਉਂਕਿ ਤੇਰਾ ਐਟੀਟਿਊਡ ਹੀ ਪਤਾ ਲੱਗਦਾ। ਇੰਟਰਵਿਊ ਸਟਾਰਟ ਹੋਈ ਆ ਅਜੇ, ਨਹੀਂ ਤਾਂ ਤੁਸੀਂ ਜਿਹੜੇ ਦਿੱਗਜ ਨੇ ਨਾ ਇੰਟਰਵਿਊ, ਵੱਡੇ ਵੱਡੀਆਂ ਸ਼ਖਸੀਅਤਾਂ, ਸਿੱਧੂ ਬਾਈ ਦੀ ਇੰਟਰਵਿਊ ਚੈੱਕ ਕਰ ਲਿਓ, ਹੱਥ ਜੋੜ ਕੇ ਅੱਖਾਂ ਥੱਲੇ ਹੁੰਦੀਆਂ ਸੀ। ਇੱਕ ਮੈਂ ਦੇਖਿਆ ਬੀਬੀ ਨਾਲ ਇੰਟਰਵਿਊ ਸੀ ਸਿੱਧੂ ਬਾਈ ਦੀ, ਉਹ ਬਾਈ ਨੇ ਅੱਖਾਂ ਹੀ ਨਹੀਂ ਚੱਕੀਆਂ, ਹਾਂਜੀ ਹਾਂਜੀ ਬਾਈ, ਨਹੀਂ ਕਹਿੰਦਾ ਐਂ ਜੇ ਨਾ
अपने सवालों तो है ना यस एम स्टूडेंट तो मैं स्टार्ट करूंगी रैप अप हो चुके है फिल्म का सो उस दे बारे थोड़ा जा प्लीज दसो कदों फिल्म आएगी कदों असीं देख सकते हैं वड्डे पर्दे ते फिल्म दा हो गई रैप अप हो गई बंदा कुछ तक पहुंचे ते नीवी पाके चलना ये किते है नहीं किसे जोगा ते ओही गल ना भी स्टार्ट होंदे ही एटीट्यूड लेवल देखो ठीक है रैपर होंदे ने जड़े टॉक एक्टिव होंदे ने खुले होंदे ने अपनी जिंदगी दी गल करदे ने पर जिंदगी च ओना कुछ पलड़ा तुहाडा भारी भी होना चाहिए क्योंकि जिन्ना क मैं आ बाई नू देखिया वा ये मैं सिद्धू बाई दे गाने च ही देखिया वा बई जिहड़ा ओह आउंदा वा उस तों इलावा नहीं मैनू समझ ही नहीं आया भी की करदा ना यार बड़ी ना एक ओह जिवें वूमन कार्ड कहिंदे आ इदां ही एक कॉन्ट्रोवर्सी कार्ड होंदा वा बई पहला तुसीं हेट इहनू हेट मिली हुई आ हेट नहीं मैं कहना गाला मिलिया हुई हेट एक अलग जॉनर आ गया हुण गाला नहीं क्यों कहूगा हुण एक ट्रैक कढ दूगा अपना बई मैं नहीं हैगा मैं वह नहीं हैगा सब नालों अगे जाके सुनियो तुसी सब नालों जिहड़ी बेकार गल की है भी जिहड़ा बंदा हुण इस धरती से है नहीं गा ओ बुराई करी जाता यार जिन्ना लगता ना भी लोग बोलते नहीं भी रेसिज्म नहीं चलता स्टेट से निकल के देखो पग बन के मैं दसो जो बहर कैनेडा यूएसए इंग्लैंड इधर रेंदे ने बई तो हूँ जाते जाते ही इधर रेसिज्म हों भी तुम छेड़ते रहते हैं अगर तुम कुछ अलग एक्टिविटी नहीं कर रहे तो कोई इंडलज नहीं होंगे कोई एक्टिविटी तो बगैर तुरते फिर भी हों के सिर्फ इस से ना हों बड़े लोगों ने कहा कि नसीब का गुस्सा बड़ा माड़ा है बहुत छेती गुस्सा आता है कि सच पहला सच सी ਹੁਣ ਥੋੜਾ ਕੰਟਰੋਲ ਕਰ ਲਈਦਾ ਪਾਠ ਕਰਦੇ ਆ ਲਾਈਕ ਹੁਣ ਕੋਈ ਚੰਗਾ ਕੰਮ ਨਹੀਂ ਲਾਈਫ ਚ ਉਹ ਲਾਈਫ ਉਵੇਂ ਚੱਲ ਰਹੀ ਹੈ ਜਸਟ ਇੱਕ ਬਹੁਤ ਵਧੀਆ ਕੰਮ ਮੈਂ ਐਡ ਕਰ ਲਿਆ ਆਪਦੇ ਸਕੇਜੂਲ ਦੇ ਵਿੱਚ ਨੋ ਮੈਟਰ ਵਟ ਮੈਂ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦਾ ਪਾਠ ਹੋਣਾ ਜ਼ਰੂਰੀ ਹੈ ਮੈਂ ਨਹੀਂ ਹੈਗਾ ਹੁਣ ਮੈਂ ਸਾਰੀ ਇਹਦੀਆਂ ਚੀਜ਼ਾਂ ਨੈਗੇਟਿਵ ਵਾਂ ਅਗਰ ਬਾਈ ਪਾਠ ਕਰਦੇ ਵਧੀਆ ਗੱਲ ਆ ਗੁੱਡ ਆ ਇਹ ਜਦੋਂ ਦੀ ਫੇਥ ਰੱਖਣੀ ਸ਼ੁਰੂ ਕੀਤੀ ਹੈ ਜਦੋਂ ਦਾ ਪਾਠ ਕਰਨਾ ਸ਼ੁਰੂ ਕੀਤਾ ਆਪਣੇ ਚ ਕੋਈ ਤਬਦੀਲੀਆਂ ਦੇਖੀਆਂ ਨੇ ਦਾੜੀ ਆ ਗਈ ਵੱਡੀ ਹੱਸਣ ਲੱਗ ਗਿਆ ਲੋਕਾਂ ਚ ਲੇਡੀ ਪੁੱਛਦੀ ਆ ਵੀ ਜਦੋਂ ਦਾ ਤੁਸੀਂ ਫੇਥ ਕਰਨਾ ਸ਼ੁਰੂ ਕੀਤਾ ਇੰਡੀਵਿਜੂਅਲੀ ਮਤਲਬ ਵੀ ਕੋਈ ਫਰਕ ਆਇਆ ਕਹਿੰਦਾ ਦਾੜੀ ਵੱਡੀ ਹੋ ਗਈ अच्छा जी गर्दन ते स्प्रिंग लगी है बल हिली जाता ना भी रैप करता गल करता थोड़ा जहा फेक लग रहा है मतलब ना भी एक्चुअल परसन नहीं है थोड़ा जहा उत्तों जी गल जिम्मे याद करके आया या बोलना या मैं आ एटीट्यूड रखना अपना भी उदा जी लग रहा थोड़ा स्किप कर दे अगे सो एक तरह की फेथ जी जो ना हो तो डगमगा जाने कभी लग्या जो कदम रखा म्यूजिक इंडस्ट्री के थोड़ी देर वास्ते अपने आप नहीं पछाण रहे डगमगा रहे ने कदम हेट की शुरुआत हुई जन्म तो हेट की शुरुआत यार जिन्ना मैं पता भी इन्हों का बीफ चलिया रैप रैप गेम हुई सी ਬੀਬਾ ਬੋਇਸ ਸੀਗੇ ਸੀ ਸੁਲਤਾਨ ਸੀਗਾ ਇਹਨਾਂ ਦਾ ਬੀਫ ਚੱਲਿਆ ਸੀਗਾ ਤੇ ਉਹਦੇ ਵਿੱਚ ਵੀ ਉਹ ਕਹਿੰਦੇ ਹੁੰਦੇ ਨਾ ਬੀਬਾ ਬੋਇਸ ਦੀ ਇੱਕ ਗੱਲ ਆ ਵੀ ਉਹ ਕਹਿੰਦੇ ਵੀ ਬਰੋ ਵੀ ਰੈਪ ਗੇਮ ਇੱਦਾਂ ਵੀ ਆਪਾਂ ਦੂਜੇ ਦਾ ਰੈਪ ਖਤਮ ਕਰ ਦਿੱਤੇ ਉਸ ਤੋਂ ਬਾਅਦ ਇਹ ਖਤਮ ਹੀ ਰਿਹਾ ਜਦੋਂ ਤੱਕ ਇਹ ਓਲਡ ਸਕੂਲ ਚ ਇਹਨੂੰ ਫੀਚਰਿੰਗ ਨਹੀਂ ਮਿਲੀ ਠੀਕ ਆ ਅੱਗੇ ਇਹਨੇ ਹੋਰ ਗਿਆ ਓਲਡ ਸਕੂਲ ਬਾਰੇ ਕਿਹਾ ਵਾ ਵੀ ਮੇਰੇ ਕੋਲ ਸਿੱਧੂ ਗਾਣਾ ਮੰਗਦਾ ਸੀਗਾ ਮੈਂ ਤਾਂ ਫੋਨ ਨਹੀਂ ਚੱਕਿਆ ਕੁਛ ਇੱਦਾਂ ਦੀ ਵਰਡਿੰਗ ਯੂਜ਼ ਕੀਤੀ ਅੱਗੇ ਨੇ ਬਹੁਤ ਹੇਟ ਵੀ ਮਿਲਿਆ ਨੈਗੇਟਿਵ ਕਮੈਂਟਸ ਵੀ ਮਿਲੇ ਨੇ ਲੋਕਾਂ ਨੇ ਬਹੁਤ ਨਿੰਦਿਆ ਵੀ ਹੈ ਨਿੰਦਿਆ ਤਾਂ ਇੰਟਰਵਿਊ ਥੱਲੇ ਵੀ ਆ 91,000 ਵਿਊਜ਼ ਨੇ ਤੇ 1.8K 1800 ਲਾਈਕਸ ਨੇ ਤੇ 2.2K 2200 ਕਮੈਂਟ ਆ ਹੁਣ ਸ਼ਾਇਦ ਵੀਡੀਓ ਪੈਣ ਤੇ ਹੋਰ ਵੱਧ ਗਏ ਹੁਣ ਸਾਰੇ ਕਮੈਂਟ ਚੈੱਕ ਕਰ ਲਿਓ ਇੱਕ ਵੀ ਤੁਹਾਨੂੰ ਪੋਜ਼ਿਟਿਵ ਕਮੈਂਟ ਨਹੀਂ ਮਿਲਣਾ ਚੈੱਕ ਕਮੈਂਟ ਪੁੱਤ ਲੱਗ ਜੂ ਪਤਾ ਹੂ ਇਜ਼ ਯੋਰ ਡੈਡ ਵਾਈ ਅੱਜ ਤੋਂ ਨਸੀਬ ਦਾ ਨਾਮ ਟੱਟੀ ਆ ਤੇਰੀ ਲਾਈਫ 'ਚ ਉਸਦਾ ਕਿੰਨਾ ਰੋਲ ਸੀ ਉਸਦਾ ਇੱਥੋਂ ਹੀ ਪਤਾ ਲੱਗਦਾ ਇਹ ਅੱਧੇ ਤੋਂ ਵੱਧ ਇੰਟਰਵਿਊ ਸਿੱਧੂ ਬਾਰੇ ਆ ਇੱਕ ਤਾਂ ਯਾਰ ਇੰਟਰਵਿਊ ਸ਼ੁਰੂ ਹੀ ਤਾਂ ਕਰਦੇ ਆ ਵੀ ਸਿੱਧੂ ਦਾ ਨਾਮ ਲਵਾਂਗੇ ਵਿੱਚ ਟਾਈਟਲ ਪਾਵਾਂਗੇ ਇਹ ਕਰਾਂਗੇ ਉਹ ਕਰਾਂਗੇ 40 ਮਿੰਟ ਦੇ ਇੰਟਰਵਿਊ ਵਿੱਚੋਂ 25 ਮਿੰਟ ਸਿੱਧੂ ਬਾਈ ਦੀ ਗੱਲ ਆ ਇਹੀ ਸੀ ਬੰਦੇ ਦੀ ਵੈਲਿਊ Everyone know you because of your father Sidhu Moosewala. Tera haal vi Big Bird wala hona hai. Chal sala khoti tere song old school to ilawa koi hega. To sare nu old school te pehchande ha te. I'm gonna see you. Main padhda hunga tode comment koi chakkar nahi. Main thonu chete rakhunga. Te bach tusi vi aake kehna ke paaji big inspiration. So mainu kon kon naseeb to inspiration lenda thalle comment karyo. Te bhai kehnda main sare comment padhda hunna. Bad naseeb. Te ya hun interview thalle vi padhda hunna te thalle vi comment karyo e padhuga aake pakka. Let them do what they wanna do. Rap se jimmy enter kita Sidhu aa gaya. Like ho raha jod ke ta oh ek straight up siga. ਲੋਕਾਂ ਨੂੰ ਟਾਈਮ ਹੀ ਨਹੀਂ ਮਿਲਿਆ ਦੱਸਣ ਦਾ ਕਿ ਨਸੀਬ ਕੌਣ ਹੈ ਬਿਲਕੁਲ ਲੋਕਾਂ ਨੇ ਬਸ ਉਹ ਚੀਜ਼ ਤੇ ਇੱਕ ਇਮੇਜ ਬਣਾ ਲਈ ਆਹ ਨਸੀਬ ਹੈ ਉਹ ਕਿਹੜੀ ਗੀਤ ਦੀ ਗੱਲ ਕਰ ਰਹੇ ਓਲਡ ਸਕੂਲ ਦੀ ਗੱਲ ਕਰ ਰਹੇ ਸੋ ਪ੍ਰੇਮ ਚਲੋ ਦਾ ਸਿੱਧੂ ਦਾ
ਸਿੱਧੂ ਬਾਈ ਦੇ ਸਾਰੇ ਗਾਣੇ ਚੱਲੇ ਨੇ ਯਾਰ, ਤੇ ਉਹਦੀ ਸਟੋਰੀ ਦੱਸ ਰਿਹਾ ਹੈ ਨਾ ਬਰੋ, ਤੇਰਾ ਗਾਣਾ ਨੀ ਆਇਆ, ਸਿੱਧੂ ਬਾਈ ਦਾ ਗਾਣਾ ਆਇਆ, ਤੇਰੀਆਂ ਦੋ ਲਾਈਨਾਂ ਆਈਆਂ ਵਿੱਚ। Justice for Sidhu Moosewala and rest in peace. Like open the legend siga. Peace. Like open the legend siga. Legend si ni bro. Legend hai. Odi call te mainu feel hondi hundi si. Mainu gaane di ni feel nahi si. Gaane da ta main 1.5 mahina anniversary pe jaisi ga Sidhu nu. Because main nahi chahunda si main us school de vich aavan. Like main rapper mindset da banda main. Oh, kehda mindset hunda? Rapper mindset hunda ki aap di sunni, aap di karni te aap de angu chalana. Achha. Puri industry ek side te. ਕਹਿੰਦਾ 1.5 ਮਹੀਨਾ ਹੋ ਗਿਆ ਸੀ ਮੈਂ ਭੇਜਿਆ ਨਹੀਂ ਸੀ ਆਪਣਾ ਵਰਸ ਸਿੱਧੂ ਨੂੰ, ਕਹਿੰਦਾ ਮੈਨੂੰ ਲੋੜ ਹੀ ਨਹੀਂ ਸੀ, ਮੈਂ ਨਹੀਂ ਕਰਨਾ ਸੀਗਾ, ਮੈਂ ਰੈਪਰ ਹਾਂ, ਮੈਨੂੰ ਲੋੜ ਹੀ ਨਹੀਂ ਸੀ, ਮੈਂ ਨਹੀਂ ਭੇਜਿਆ। ਠੀਕ ਆ, ਮਤਲਬ ਕਿਤੇ ਨਾ ਕਿਤੇ ਨੇ ਦੱਸਤਾ ਵੀ ਮੈਂ ਆਪ ਨਹੀਂ ਕਰਨਾ ਚਾਹੁੰਦਾ ਸੀ, ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਗਿਆ ਵੀ ਮੇਰਾ ਵਰਸ ਪਵਾਓ। ਸਿੱਧੂ ਦੇ ਨਾਲ ਬੀਫ ਦੀ ਕੀ ਕਹਾਣੀ ਹੈ, ਉਹਦੇ ਬਾਰੇ ਵੀ ਮੈਨੂੰ ਥੋੜਾ ਬਹੁਤ ਸੁਣਨ ਨੂੰ ਮਿਲਿਆ ਔਰ ਤੁਸੀਂ ਉਹਦਾ ਜ਼ਿਕਰ ਵੀ ਕੀਤਾ ਸੀ ਕਿ ਬੀਫ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਯਾਰ ਮੈਨੂੰ ਇਹ ਇੰਟਰਵਿਊ ਜਿਹੜੀ ਲਈ ਜਾ ਰਹੀ ਆ ਇਹਦੇ ਵਿੱਚ ਸਵਾਲ ਹੋਣਾ ਹੀ ਨਹੀਂ ਚਾਹੀਦਾ ਸੀਗਾ ਇਹ ਵੀ ਸਿੱਧੂ ਨਾਲ ਤੁਹਾਡਾ ਬੀਫ ਵੀ ਕੀ ਸੀਗਾ। ਉਹ ਜਦ ਉਹ ਬੰਦਾ ਹੁਣ ਸਰੀਰਕ ਤੌਰ ਤੇ ਨਹੀਂ ਹੈਗਾ ਵੀ ਉਹ ਰਿਪਲਾਈ ਤਾਂ ਨਹੀਂ ਦੇ ਸਕਦਾ ਸਾਹਮਣੇ ਬਹਿ ਕੇ ਵੀ ਮੈਨੂੰ ਆਹ ਗੱਲ ਕਹੀ ਆ ਨਸੀਬ ਨੇ, ਮੈਂ ਇਹਦਾ ਆਹ ਰਿਪਲਾਈ ਦਿੰਦਾ, ਫਿਰ ਇਹ ਸਵਾਲ ਹੋਣਾ ਹੀ ਨਹੀਂ ਚਾਹੀਦਾ ਸੀ। ਚੰਗੀਆਂ ਗੱਲਾਂ ਕਰੋ ਯਾਰ ਤੁਸੀਂ, ਹਰ ਇੱਕ ਜਿੰਨੀ ਮਰਜ਼ੀ ਤੁਹਾਡੀ ਲਾਗ ਠਾਟ ਹੋਵੇ ਜਾਂ ਕੁਛ ਹੋਵੇ, ਜਦੋਂ ਬੰਦਾ ਹੀ ਨਹੀਂ ਰਿਹਾ ਯਾਰ ਉਸ ਤੋਂ ਬਾਅਦ ਤੁਸੀਂ ਆਪਣਾ ਸ਼ਾਂਤ ਹੋ ਜਾਓ ਥੋੜਾ ਜਿਹਾ, ਹਜੇ ਵੀ ਤੁਸੀਂ ਉਹਦੇ ਨਾਮ ਤੇ ਖਾਈ ਚੱਲੋਗੇ। ਸ਼ਰਮ ਚਾਹੀਦੀ ਯਾਰ ਇੰਟਰਵਿਊ ਲੈਣ ਵਾਲੇ ਨੂੰ ਵੀ ਚਾਹੀਦੀ ਆ ਵੀ ਸਿੱਧੂ ਨੂੰ ਤੁਹਾਡਾ ਕੀ ਬੀਫ ਚੱਲਿਆ ਸੀਗਾ, ਇਹ ਸਵਾਦ ਲੈਣ ਵਾਲੀਆਂ ਗੱਲਾਂ। ਸਿੱਧੂ ਨੂੰ ਮਿਲਿਆ 19 ਅਕਤੂਬਰ 2019, ਪਿਕਚਰ ਦਿਸ ਮੇਰਾ ਟਰੈਕ ਸੀਗਾ, ਉਹਨੂੰ ਮਾਸਟਰ ਕਰਾਈ ਜਾਂਦਾ ਸੀ, ਮੇਰਾ ਸੌਸ ਸੂਸ ਲੱਗੀ ਹੋਈ ਸੀ ਸਾਰੇ ਲੋਰ ਲੂਰ ਤੇ ਸਾਰੇ ਉੱਤੇ ਹਨਾ, ਗਿਆ ਗੈਲ ਰੋਂਤੇ ਵਾਲਾ ਬਾਈ ਕੋਲੋਂ ਦੀ ਨਿਕਲਿਆ, ਹੋਰ ਦੋ ਤਿੰਨ ਵੱਡੇ ਦਿੱਗੇ ਨਿਕਲੇ ਹਨਾ ਕੋਲੋਂ ਦੀ, ਉਹਨਾਂ ਨੇ ਪਛਾਣਿਆ ਨੀ ਮੈਨੂੰ। ਕਿੰਨੀ ਨੈਗੇਟਿਵਿਟੀ ਆ ਯਾਰ ਇੰਟਰਵਿਊ ਚ, ਮਤਲਬ ਬੰਦਾ ਕਹਿ ਦਿੰਦਾ ਗਿੱਲ ਰੋਂਤਾ ਬਾਈ ਗਿਆ ਵੱਡੇ ਵੱਡੇ ਦਿੱਗੇ ਗਏ, ਉਹਨਾਂ ਨੇ ਮੈਨੂੰ ਪਛਾਣਿਆ ਨੀ ਹੈਗਾ, ਵੀ ਤੂੰ ਸ਼ਾਹਰੁਖ ਖਾਨ ਤੈਨੂੰ ਪਛਾਣੇ ਕੋਈ ਆ ਗਏ, ਵੀ ਹਾਂ ਤੂੰ ਡਰੇਕ ਆ, ਵੀ ਗਿੱਲ ਰੋਂਤਾ ਬਾਈ ਤੇ ਕੋ ਆਵੇ। ਹਾਂ ਨਸੀਬ ਭਾਜੀ ਬਹੁਤ ਘੈਂਟ ਤੁਸੀਂ, ਕੀ ਕੀਤਾ ਕੀ ਆ ਡੈਸੀ ਬਣੇ ਨੇ, ਅਸੀਂ ਭਰਾਵਾ ਤੈਨੂੰ ਡਿਸ ਤੋਂ ਹੀ ਜਾਣਦੇ ਆ। ਮਾੜੀ ਨਿਕਲੀ ਔਲਾਦ, ਫਿਰ ਮੈਂ ਦੇਖਿਆ ਕਿਹੜੀ ਮਾੜੀ ਔਲਾਦ ਆ, ਫਿਰ ਮੈਨੂੰ ਪਤਾ ਲੱਗਿਆ ਸੀ ਅੱਛਾ ਨਸੀਬ ਹੈਗਾ, ਫਿਰ ਮੈਨੂੰ ਪਤਾ ਲੱਗਿਆ ਨਾਮ ਵੀ ਆਪਦਾ ਨਹੀਂ ਹੈਗਾ, ਉਹ ਵੀ ਸੁਲਤਾਨ ਨੇ ਦਿੱਤਾ ਹੋਇਆ। ਇੱਕ ਇਹਦੀ ਈਗੋ ਹਰਟ ਹੋਈ ਆ ਵੀ ਇਹਨੂੰ ਸਾਰੇ ਐਂ ਕਹਿੰਦੇ ਆ ਬਾਈ ਓਲਡ ਸਕੂਲ ਵਾਲਾ ਹੈ ਨਾ, ਇਹਨੂੰ ਅੰਦਰੋਂ ਖਿੱਚ ਚੜ੍ਹਦੀ ਆ ਵੀ ਮੈਨੂੰ ਓਲਡ ਸਕੂਲ ਵਾਲਾ ਕਿਉਂ ਕਹਿੰਦੇ ਨੇ ਯਾਰ, ਵੀ ਮੈਨੂੰ ਉਹ ਤੋਂ ਪਛਾਣ ਕਿਉਂ ਮਿਲੀ, ਵੀ ਮੈਨੂੰ ਆਪਦੀ ਪਛਾਣ ਕਿਉਂ ਨਹੀਂ ਮਿਲੀ, ਵੀ ਗੱਲ ਉਹੀ ਆ ਵੀ ਇਹਦੀ ਇਹਨੂੰ ਅੰਦਰੋਂ ਖੁੰਦਕ ਆ ਇਹਨੂੰ ਬਹੁਤ ਜ਼ਿਆਦਾ ਹਜੇ ਵੀ। ਅਤੇ ਮੈਂ ਉਹੀ ਕਹਿੰਦਾ ਇੰਟਰਵਿਊ 'ਚ ਸਵਾਲ ਹੋਣਾ ਨਹੀਂ ਚਾਹੀਦਾ ਸੀ ਵੀ ਕੀ ਬੀਫ ਚੱਲਦੀ ਸੀ, ਕੀ ਰੋਲਾ ਸੀ ਸਿੱਧੂ ਨਾਲ, ਕੀ ਲੜਾਈ ਸੀ। ਕਰਨ ਔਜਲਾ ਕਿੰਨਾ ਸਮਝਦਾਰ ਬੰਦਾ ਪਤਾ, ਜਦੋਂ ਤੁਹਾਨੂੰ ਪਤਾ ਇਹ ਹੋਇਆ ਸੀਗਾ ਵੀ 29 ਮਈ ਨੂੰ ਇਹ ਘਟਨਾ ਹੋਈ ਸੀਗੀ, ਉਸ ਤੋਂ ਬਾਅਦ ਸ਼ਾਂਤ ਹੋ ਗਿਆ ਸੀ ਕਰਨ, ਉਸ ਤੋਂ ਬਾਅਦ ਉਹਨੇ ਪੋਸਟ ਵੀ ਪਾਈ ਸੀ, ਬੰਦਾ ਨਾ ਭੁਲਾ ਦਿੰਦਾ ਗਿਲੇ ਸ਼ਿਕਵੇ, ਵੈਸੇ ਕੋਈ ਸੀਗੇ ਨਹੀਂ, ਚਲੋ ਪਰਸਨਲ ਕੁਛ ਹੁੰਦੇ ਨੇ, ਕਾਫੀਆਂ ਦੇ ਮੇਰੇ ਯਾਰਾਂ ਦੋਸਤਾਂ ਨੇ ਹੈਗੇ ਨੇ, ਸਿੱਧੂ ਦੇ ਯਾਰਾਂ ਦੋਸਤਾਂ ਨਾਲ ਕਿੰਨਾ ਨਾ ਹੁੰਦੇ ਹੋਣਗੇ ਖੱਪ, ਲੜਾਈਆਂ ਹੁੰਦੀਆਂ ਹੋਣਗੀਆਂ, ਪਰ ਇਹ ਥੋੜੀ ਬੰਦਾ ਸਰੀਰ ਛੱਡ ਗਿਆ ਆਪਣਾ ਹੁਣ ਤੇ ਉਸ ਤੋਂ ਬਾਅਦ ਦੁਨੀਆਂ ਤੋਂ ਚਲਾ ਗਿਆ, ਤੁਸੀਂ ਪਿੱਛੋਂ ਉਹਦੀ ਪਿੱਠ ਪਿੱਛੋਂ ਵੀ ਕਰੀ ਚੱਲੋ ਵੀ ਕੀ ਬੀਫ ਚੱਲਦਾ ਸੀ, ਕੀ ਲੜਾਈ ਸੀ। ਬਸ ਯਾਰ ਖਤਮ ਕਰ ਦੋ ਹੁਣ ਲੜਾਈਆਂ ਲੜੋਈਆਂ, ਪੋਜ਼ਿਟਿਵ ਗੱਲ ਕਰੋ। ਬੰਦਾ ਕੀ ਹਜੇ ਤੱਕ ਗੱਡੀਆਂ 'ਚ ਗਾਣੇ ਵੱਜਦੇ ਨੇ ਤੇ ਵੱਜਦੇ ਰਹਿਣਗੇ, ਤੇ ਤੁਸੀਂ ਦੇਖਿਆ ਨਾ ਹਜੇ ਤੱਕ ਜਿਹੜੇ ਉਹ ਗੋਰੇ ਕਾਲੇ ਸਾਰੇ ਪਿੰਡਾਂ 'ਚ ਆ ਰਹੇ ਨੇ, ਉਸ ਤੋਂ ਬਾਅਦ ਵੀ ਯਾਰ ਕੀ ਬੰਦਾ ਸਮਝਦਾ ਯਾਰ ਇਹ ਆਪਣੇ ਆਪ। ਰਾਈਟ ਹੈਂਡ ਸਾਈਡ ਤੇ ਸਿੱਧੂ ਬੈਠਾ, ਸਿੱਧੂ ਨੇ ਮੈਨੂੰ ਅੱਖ ਤੱਕ ਪਾਈ ਤੇ ਪੂਰੇ ਕਮਰੇ 'ਚ ਕੱਲਾ ਸਿੱਧੂ ਨੇ ਮੈਨੂੰ ਪਛਾਣਿਆ, ਇੱਕ ਆਰਟਿਸਟ ਨੇ ਆਰਟਿਸਟ ਨੂੰ ਪਛਾਣਿਆ। ਹਾਂਜੀ, ਤੇ ਇੱਕ ਰਿਸਪੈਕਟ ਹੋਇਆ, ਮੈਨੂੰ ਕੋਈ ਸੰਗ ਸੁੰਗ ਨਹੀਂ ਕੀਤੀ, ਉਹਨੇ ਪਹਿਲਾਂ ਮੈਂ ਦੇਖਿਆ ਰਿਹਾ ਕਿ ਮੈਂ ਜੋਫੀ ਪਾ ਲਿਆ ਤੇ ਫਿਰ ਸਾਰੇ ਆ ਗਏ ਸਿੱਧੂ ਦੀ। ਯਾਰ ਇਹ ਕਮਾਲ ਗੱਲ ਆ, ਮੈਂ ਦੇਖਿਆ ਸੀਗਾ ਜਦੋਂ ਨਾ ਪਿੰਡ ਦਾ ਮੈਂ ਕਲਿੱਪ ਚਲਾ ਰਿਹਾ ਵੀ ਕੋਈ ਚੱਪਲਾਂ ਪਾ ਕੇ ਆਉਂਦਾ ਸੀ, ਉਹਨੂੰ ਜੋਫੀ ਪਾ ਲੈਂਦੇ ਸੀਗੇ, ਜੇ ਕੋਈ ਗੱਡੀ ਗੁੱਡੀ 'ਚ ਆ ਰਿਹਾ ਵਾ ਇੱਦਾਂ ਦਾ ਆ ਰਿਹਾ, ਉਹ ਤੋਂ ਦੂਰ ਹੀ ਰਹਿੰਦਾ ਹੁੰਦਾ ਸੀਗਾ, ਕਿਉਂਕਿ ਸ਼ਾਇਦ ਨਸੀਬ 'ਚ ਵੀ ਉਹ ਸਟਾਰਟਿੰਗ 'ਚ ਇੰਟਰਨੈਸ਼ਨਲ ਸਟੂਡੈਂਟ ਸੀ, ਇਹ ਦਿਹਾੜੀਆਂ ਕਰਦਾ ਹੀ, ਕਹਿੰਦਾ ਮੇਰੇ ਸੌਸ ਲੱਗੀ ਸੀ। ਸਿੱਧੂ ਨਾ ਇੱਦਾਂ ਦਾ ਬੰਦਾ ਸੀ ਜਿਹੜਾ ਉਹਨੂੰ ਨੀਵਾਂ ਲੱਗਦਾ, ਮਿਹਨਤ ਕਰਦਾ ਉਹਦੀ ਬਾਂਹ ਫੜ ਲੈਂਦਾ ਵੀ ਤੂੰ ਕਰ, ਜਿਵੇਂ ਉਹ ਸੈਟੀਸਫਾਈ ਵਾਲਾ ਸ਼ੂਟਰ ਕੱਲ ਨੂੰ ਬਣਾਈ ਨਾ ਜ਼ਿੰਦਗੀ ਉਹਦੀ, ਕਿੱਥੋਂ ਚੱਕ ਕੇ ਕੰਮ ਕਰ ਰਿਹਾ ਸੀ ਦਿਹਾੜੀ ਦਾ, ਮੇ ਬੀ ਉਹਦਾ ਵਿਜ਼ਨ ਵੀ ਆਇਆ ਹੋਵੇ ਵੀ ਯਾਰ ਨਸੀਬ ਆ ਵੀ ਮਿਹਨਤ ਕਰਦਾ, ਸੌਸ ਲੱਗੀ ਆ ਵਿਚਾਰਾ ਕੰਮ ਤੋਂ ਆਇਆ ਵਾ, ਬਈ ਚੱਲ ਇਹਦਾ ਆਪਾਂ ਥੋੜ੍ਹਾ ਜਿਹਾ ਵੀ ਮੇਰਾ ਕੰਮ ਰੁੜ ਗਿਆ ਹੁਣ ਮੈਂ ਨਾਲ
ਦੂਜੇ ਸੰਗੀਤ ਸਾਥੀਆਂ ਦਾ ਵੀ ਕੰਮ ਰੋੜਦਾ? ਅਰੇ ਅਗੇ ਉਹ ਭਰਾ ਤੇਰੇ ਗਾਣੇ ਸੁਣਿਆ, ਹਾਂ ਸਿੱਧੂ ਦੱਸਦਾ ਹੁੰਦਾ ਤੇਰੇ ਬਾਰੇ ਗੱਲ ਕਰਦਾ ਹੁੰਦਾ, ਮਾਤਾ ਵੀ ਆਈ ਸੀਗੀ ਸਿੱਧੂ ਦੀ ਮੰਮ ਵੱਸਦੇ ਉਹਨਾਂ ਨੇ ਵੀ ਪਿਆਰ ਦਿੱਤਾ ਹੈ ਨਾ, ਬੈਠੇ ਉੱਥੇ ਤੇ ਸਿੱਧੂ ਨੇ ਓਲਡ ਸਕੂਲ ਪਲੇ ਕੀਤਾ, ਹੋਰ ਵੀ ਬਥੇਰੇ ਗਾਣੇ ਪਲੇ ਕੀਤੇ ਸਿੱਧੂ ਨੇ ਓਲਡ ਸਕੂਲ ਪਲੇ। ਉਹ ਤਾਂ ਠੀਕ ਆ, ਓਲਡ ਸਕੂਲ ਪਲੇ ਕੀਤਾ, ਇਹ ਗਰਦਨ ਬਹੁਤ ਲਾਉਂਦਾ ਯਾਰ, ਭਰਾ ਦੀ ਗਰਦਨ ਨੂੰ ਸਪਰਿੰਗ ਲੱਗੇ ਹੋਏ। ਪੰਜਾਬੀ ਗਾਣੇ ਉਦੋਂ ਵੀ ਸੁਣਦਾ ਸੀ, ਵਰਕ ਪਰਮਿਟ ਦਾ ਪੰਜਾਬੀ ਗਾਣੇ ਸੁਣਨ ਨੂੰ ਹਟ ਗਿਆ ਸੀਗਾ ਮੇਰਾ, ਪਹਿਲਾਂ ਵੀ ਕੋਈ ਏਡਾ ਫੇਵਰੇਟ ਨਹੀਂ ਸੀ, ਬਟ ਹਾਂ ਸਿੱਧੂ ਨੂੰ ਤਾਂ ਸੁਣੀਦਾ ਹੀ ਸੁਣੀਦਾ ਸੀਗਾ, ਉਹ ਹੁਣ ਵੀ ਸੁਣਦੇ ਮੈਂਡੋ ਆ। ਦੇਖ ਯਾਰ ਕਿੰਨੀ ਨੈਗੇਟਿਵਿਟੀ ਹੈ ਨਾ, ਮਤਲਬ ਵੀ ਕਹਿ ਦੇ ਭਰਾਵਾ ਵਧੀਆ ਸੀ, ਵਧੀਆ ਸੀ ਓਲਡ ਸਕੂਲ, ਮਤਲਬ ਜਿੰਨੇ ਉੱਤੇ ਵਿਊ ਆਇਆ ਮਿਲੀਅਨ ਚ ਉਹ ਸਾਰਿਆਂ ਨੂੰ ਵਧੀਆ ਲੱਗਿਆ, ਕੱਲਾ ਤੂੰ ਹੀ ਆ ਵੀ ਮੈਂ ਪੰਜਾਬੀ ਗਾਣੇ ਨਹੀਂ ਸੁਣਦਾ ਸੀ, ਮੈਂ ਕਾਲੇ ਸੁਣਦਾ ਸੀਗਾ, ਮੈਨੂੰ ਪੰਜਾਬੀ ਗਾਣੇ ਪਸੰਦ ਹੀ ਨਹੀਂ ਸੀ, ਮੈਂ ਸਿੱਧੂ ਦੇ ਗਾਣੇ ਸੁਣਦਾ ਸੀ। ਅੰਦਰੋਂ ਪਤਾ ਲੱਗਦਾ ਜਿਹੜੀ ਅੰਦਰੋਂ ਇਹਦੇ ਨਾ ਇੰਟਰਵਿਊ ਚ ਨਾ ਇਹਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਵੀ ਜਿਹੜੀ ਅੰਦਰੋਂ ਇਹਦੇ ਹੇਠ ਨਿਕਲ ਲਈ ਆ। ਅੱਜ ਜਿੰਨੇ ਥੱਲੇ ਲੋਕਾਂ ਨੇ ਕਮੈਂਟ ਕੀਤੇ ਆ ਇੰਸਟਾਗ੍ਰਾਮ ਤੇ ਕੀਤੇ, ਉਹ ਬੇਵਕੂਫ ਨਹੀਂ ਹੈਗੇ, ਹਰ ਇੱਕ ਗਾਣੇ ਥੱਲੇ ਇਹਨੂੰ ਗਾਲਾਂ ਪੈ ਰਹੀਆਂ ਨੇ। ਕਿਉਂ ਪੈ ਰਹੀਆਂ ਨੇ? ਅਗਰ 100% ਲੋਕ ਇਹਨੂੰ ਗਾਲਾਂ ਕੱਢ ਰਹੇ ਨੇ ਤਾਂ ਕੁਛ ਤਾਂ ਗਲਤੀ ਹੋਊ। ਚਲੋ ਵਧੀਆ ਗਾਣਾ ਠੀਕ ਆ, ਸਿੱਧੂ ਨੂੰ ਸੁਣਾਤਾ, ਸਿੱਧੂ ਨੂੰ ਬਾਈ ਨੂੰ ਕਿਤੇ ਲੱਗਿਆ ਹੋਣਾ ਵੀ ਇਹ ਕਹੂਗਾ ਆ ਜਾ ਬਾਈ ਮੈਂ ਕਰਾਂ ਤੇ ਮੈਂ ਕਰਾਂ, ਮੈਂ ਕੁਛ ਵੀ ਨਹੀਂ ਬੋਲਿਆ, ਲੇਕਿਨ ਮੇਰੇ ਦਿਮਾਗ ਨੂੰ ਚੀਜ਼ ਕੈਚ ਹੀ ਨਹੀਂ ਕੀਤੀ ਵੀ ਸਿੱਧੂ ਮੈਨੂੰ ਕਾਹਤੋਂ ਗਾਣਾ ਸੁਣਾ ਰਿਹਾ ਹੈ ਨਾ। ਚੱਲ ਬਾਈ ਅਸੀਂ ਘਰੇ ਗਏ ਤੇ ਹੁਣ ਇਹਦਾ ਵਿਜ਼ਨ ਆ, ਕਹਿੰਦਾ ਮੈਨੂੰ ਸਿੱਧੂ ਨੇ ਤਾਂ ਗਾਣਾ ਸੁਣਾਇਆ ਓਲਡ ਸਕੂਲ ਵੀ ਕਿਤੇ ਮੈਂ ਕਹੂੰਗਾ ਵੀ ਭਰਾਵਾ ਮੇਰਾ ਵਿੱਚ ਰੈਪ ਪਵਾ ਦੇ ਜਾਂ ਕਰਾ ਦੇ, ਕਹਿੰਦਾ ਮੈਂ ਕਿਹਾ ਹੀ ਨਹੀਂ, ਮੈਂ ਤਾਂ ਦਿਮਾਗ 'ਚ ਨਹੀਂ ਸੀਗਾ। ਇਹ ਗੱਲ ਦੱਸਣੀ ਜ਼ਰੂਰੀ ਸੀ ਇਹਨੂੰ ਇੱਥੇ ਇੰਟਰਵਿਊ 'ਚ ਵੀ, ਮੈਂ ਇਹ ਕਿਤੇ ਨਾ ਕਿਤੇ ਸ਼ੋਅ ਕਰੀ ਜਾਂਦਾ ਵੀ ਮੈਨੂੰ ਲੋੜ ਨਹੀਂ ਸੀ ਸਿੱਧੂ ਦੀ, ਸਿੱਧੂ ਨੇ ਮੈਨੂੰ ਜਾਣ ਕੇ ਮਤਲਬ ਮੇਰੇ ਨਾਲ ਰਿਕੁਐਸਟ ਕਰਕੇ ਸਿੱਧੂ ਨੇ ਮੇਰਾ ਉਹ ਪਵਾਇਆ ਵਰਸ। ਸਿੱਧੂ ਨੂੰ ਲੋੜ ਪਈ ਆ, ਉਹਦਾ ਕੰਮ ਉਦੋਂ ਵੀ ਚੱਲਦਾ ਸੀ ਬਿਨਾਂ ਕਿਸੇ ਪੋਸਟਰ ਤੋਂ, ਬਿਨਾਂ ਕਿਸੇ ਟੀਜ਼ਰ ਤੋਂ, ਗਾਣਾ ਸਿੱਧਾ ਆਉਂਦਾ ਸੀ, ਪਹਿਲਾਂ ਇੱਕ ਦਿਨ ਬਣਦਾ ਸੀ, ਅਗਲੇ ਦਿਨ ਵੀਡੀਓ ਠਾ ਆ ਜਾਂਦੀ ਸੀ। ਹਾਲੇ ਨਾ ਸੇਮ ਟਾਈਮ ਦਾ ਸੀਗਾ, ਸਿੱਧੂ ਦਾ ਫੋਨ ਆ ਗਿਆ, ਕਹਿੰਦਾ ਕਿੱਥੇ ਨੂੰ ਜਾਣਾ, ਮੈਂ ਕਿਹਾ ਬਾਈ ਅਸੀਂ ਵੈਨਕੂਵਰ ਆ, ਕਹਿੰਦਾ ਆ ਜਾਓ ਇੱਥੇ। ਅੱਛਾ, ਗਏ ਤੇ ਸਿੱਧੂ ਕਹਿੰਦਾ ਕਰ ਲਿਆ ਹੁਣਾਂ ਨੂੰ ਗੱਡੀ ਤੋਂ ਉਤਾਰ ਦੇ, ਤੂੰ ਇਕੱਲਾ ਆ ਜਾ। ਮੈਂ ਕਿਹਾ ਬਈ ਇਹ ਬੰਦੇ ਨੀ ਗੱਡੀ ਚ ਉਤਰਨਗੇ, ਤੂੰ ਸਾਡੀ ਗੱਡੀ ਚ ਬਹਿਣਾ, ਆ ਜਾ ਆਪਾਂ ਸਾਰੇ ਬੈਠ ਕੇ ਗੱਲ ਕਰ ਲੈਣੇ। ਮਤਲਬ ਹਰ ਗੱਲ ਚ ਨਾ ਇਹਨੇ ਉਹ ਭਰਾਵਾ ਮੈਨੂੰ ਸਮਝ ਨਹੀਂ ਆਉਂਦੀ ਆ, ਜਿਹੜਾ ਸ਼ਖਸ ਰਿਹਾ ਨੀ ਤੁਸੀਂ ਨਾ ਨਿੰਦੋ ਆ। ਕਹਿੰਦਾ ਵੀ ਸਿੱਧੂ ਕਹਿੰਦਾ ਵੀ ਇੱਧਰ ਹੀ ਗੱਡੀ ਚ ਆ ਜਾ, ਕਹਿੰਦਾ ਨਹੀਂ ਮੈਂ ਦੋਸਤਾਂ ਨਾਲ ਸੀ, ਕਹਿੰਦਾ ਬਾਈ ਤੂੰ ਇੱਧਰ ਹੁਣ ਆ ਜਾ, ਨਹੀਂ ਤਾਂ ਮੈਂ ਨਹੀਂ ਉੱਧਰ ਹੁੰਦਾ। ਚੌੜ ਹੀ ਦਿਖਾਈ ਜਾਂਦਾ ਸਾਰੀ ਇੰਟਰਵਿਊ ਚ, ਤੇ ਚੌੜ ਵੀ ਕਿਹਨੂੰ ਦਿਖਾ ਰਿਹਾ? ਲੈਜੈਂਡ ਦੇ ਸਾਹਮਣੇ, ਕਿਉਂਕਿ ਜਿਹੜਾ ਮੇਰਾ ਫ੍ਰੀ ਸਟਾਈਲ ਪਾਇਆ ਸੀ ਨਾ ਉਹ ਸਿੱਧੂ ਨੇ ਸ਼ੇਅਰ ਕੀਤਾ ਸੀਗਾ। ਮੈਂ ਕਿਹਾ ਸਭ ਸਟੂਡੈਂਟ ਨੋਟ ਅ ਗੈਂਗਸਟਰ, ਸਿੱਧੂ ਨੇ ਉਹ ਚੀਜ਼ ਸ਼ੇਅਰ ਕੀਤੀ ਸੀਗੀ। ਆਪਣਾ ਤਾਂ ਕੋਈ ਬੰਦਾ ਹਜੇ ਤੱਕ ਕੋਈ ਲਿੰਕ ਨਹੀਂ ਇੰਡਸਟਰੀ ਚ, ਮੈਨੂੰ ਕੋਈ ਬੰਦਾ ਨਹੀਂ ਜਾਣਦਾ, ਮਤਲਬ ਮੇਰੇ ਕੋਲ ਕਿਸੇ ਦਾ ਨੰਬਰ ਨੰਬਰ ਨਹੀਂ, ਮੇਰਾ ਮੂੰਹ ਤੇ ਕਹਿੰਦਾ ਮੇਰੇ ਕੋਲ ਕਿਸੇ ਇੰਡਸਟਰੀ ਦਾ ਨੰਬਰ ਨਹੀਂ ਭਰਾਵਾ, ਤੈਨੂੰ ਮੂੰਹ ਨਹੀਂ ਲਾਉਂਦਾ ਕੋਈ, ਮੇਰੇ ਕੋਲ ਕਿਸੇ ਦਾ ਨੰਬਰ ਨਹੀਂ ਹੈਗਾ, ਮੈਂ ਇਕੱਲਾ ਹੀ ਹਾਂ, ਤੂੰ ਇਕੱਲਾ ਹੀ ਆ, ਫਿਰ ਤੈਨੂੰ ਕੋਈ ਮੂੰਹ ਨਹੀਂ ਲਾਉਂਦਾ। ਸਿੱਧੂ ਮੂਸੇਵਾਲਾ ਪਾਰਸ ਸੀ, ਹੱਥ ਲਾਉਂਦਾ ਸੀ ਸੋਨਾ ਬਣ ਜਾਂਦਾ ਸੀਗਾ ਹਰ ਚੀਜ਼। ਸਿਰੇ ਤਾਂ ਥੋੜਾ ਜਿਹਾ ਰੈਪ ਪਵਾਇਆ ਸੀ ਓਲਡ ਸਕੂਲ, ਤੇਰੀ ਕਿੰਨਾ ਤੇਰਾ ਬਿਜ਼ਨਸ ਨਿਕਲਿਆ ਹੋਣਾ, ਸ਼ੂਟਰ ਕੱਲ ਨੂੰ ਲਾ ਲਓ। ਮੈਂ ਆਪਣਾ ਵੀ ਅਨਮੋਲ ਕੁਆਤਰ ਐਪੀਸੋਡ 'ਚ ਕਿਹਾ ਸੀਗਾ ਬਈ ਮੈਂ ਵੀਡੀਓ ਬਣਾਈ ਸੀ, ਮੈਨੂੰ 90,000 ਸਬਸਕ੍ਰਾਈਬਰਸ ਆਏ ਸੀਗੇ, ਉਹ ਜਾ ਕੇ ਐਪੀਸੋਡ ਦੇਖ ਲਓ, ਲਿੰਕ ਦਿੱਤਾ ਹੋਇਆ ਉਹ 'ਚ ਮੈਂ ਗੱਲ ਕੀਤੀ ਹੋਈ ਆ। ਮਤਲਬ ਜਿਹੜੇ ਜਿਹੜੇ ਜ਼ਿੰਦਗੀ 'ਚ ਸਿੱਧੂ ਆਇਆ ਨਾ ਬਾਈ, ਕੁਛ ਨਾ ਕੁਛ ਦੇ ਕੇ ਹੀ ਗਿਆ ਵੀ ਚੱਲ ਤੂੰ ਇੱਧਰੋਂ ਨਾ, ਕਾਫੀ ਜਾਣੇ ਤਾਂ ਮਿਲੇ ਤੱਕ ਨਹੀਂ ਸਿੱਧੂ ਬਾਈ ਨੂੰ, ਤੇ ਇੰਟਰਨੈਟ ਤੇ ਤੁਹਾਨੂੰ ਪਤਾ ਵੀ ਕਿੰਨੀ ਕਮਾਈ ਕੀਤੀ ਆ ਸਿੱਧੂ ਦੇ ਨਾਮ ਤੋਂ, ਹਜੇ ਵੀ ਹੁੰਦੀ ਆ। ਸਭ ਸਟੂਡੈਂਟ ਨੋਟ ਅਗੈਂਸਟਰ 2 ਮਹੀਨੇ ਆਡੀਓ ਪਈ ਰਹੀ ਹੈ ਸਾਊਂਡ ਕਲਾਊਡ ਤੇ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਜਦੋਂ ਅਸੀਂ ਫੋਨ ਤੇ ਵੀਡੀਓ ਚੈੱਕ ਕੇ ਪਾਤੀ ਨੈਟ ਤੇ, ਫਿਰ ਸਾਰਿਆਂ ਨੇ ਸ਼ੇਅਰ ਕੀਤੀ ਬਲੈਸ ਫੋਰ ਦੈਟ ਟੂ, ਤੇ ਕਹਿੰਦਾ ਆਪਾਂ ਤੁਹਾਨੂੰ ਸਾਈਨ ਕਰਨਾ ਹੈ, ਕਰਨਾ ਉਹ ਕਰਨਾ। ਮੈਂ ਕਿਹਾ ਠੀਕ ਆ ਬਾਈ, ਲਾਈਕ ਉੱਥੇ ਗੱਲ ਜੀ ਉਹ ਹੋ ਗਈ, ਸਿੱਧੂ ਵੈਂਟ ਟੂ ਇੰਡੀਆ, ਦੈਨ ਸਿੱਧੂ ਵੈਂਟ ਟੂ ਆਸਟ੍ਰੇਲੀਆ ਟੂ, ਜਿੱਥੇ ਇਹਨੂੰ ਪਿਕਸਲ ਡਿਸਪਲੇ ਕੀਤਾ ਮੇਰਾ, ਉਹ ਗਾਣਾ ਹਜੇ ਆਇਆ ਵੀ ਨਹੀਂ ਸੀ। ਅੱਛਾ, ਉਹਨੂੰ ਪਲੇ ਕੀਤਾ ਸਟੇਜ ਦੇ ਉੱਤੇ। ਓ ਵੰਡਰਫੁਲ, ਲਾਈਵ ਦੇ ਵਿੱਚ ਪਲੇ ਕੀਤਾ। ਅੱਛਾ, ਆਇਆ ਵੀ ਨਹੀਂ ਸੀ ਉਹ ਗਾਣਾ ਹਜੇ, ਮੈਂ 4-5 ਮਹੀਨੇ ਬਾਅਦ ਗਾਣਾ ਸਿੱਖਿਆ। ਸਿੱਧੂ ਬਾਈ ਨੇ ਨਸੀਬ ਦਾ ਗਾਣਾ ਲਾਈਵ ਤੇ ਚਲਾਇਆ ਵੀ ਚੱਲ ਤੂੰ ਮੂਹਰੇ ਹੋ ਭਰਾਵਾ, ਬਈ ਕੋਈ ਗੱਲ ਨੀ, ਕਿਉਂਕਿ ਉਹਨੂੰ ਐ ਸੀਗਾ ਵੀ ਮੇਰੇ ਨਾਲ ਦੇ ਜਿਹੜੇ ਮਿਹਨਤ ਕਰਦੇ ਨੇ ਅੱਗੇ ਵਧਣ, ਤੇ ਏਦਾਂ ਸੀਗਾ। ਜੋਬ ਤੇ ਖੜਾ ਮੈਂ ਰਾਤ ਨੂੰ 1:30 ਹੋਣਗੇ, ਸਿੱਧੂ ਦੀ ਮੈਨੂੰ ਕਹਿੰਦਾ ਇਹਨੇ ਮੈਨੂੰ ਮੇਲ ਭੇਜਦੀ ਸੀਗੀ ਦੇਖਿਆ ਨੀ ਯਾਰ, ਸਿਰਫ ਵੀਡੀਓ ਕਰਕੇ ਦੇਖ ਰਿਹਾ, ਨਹੀਂ ਤਾਂ ਮੈਨੂੰ ਨਾ ਗੁੱਸਾ ਆ ਰਿਹਾ ਵਾ, ਤੂੰ ਕੀ ਗੱਲਾਂ ਕਰੀ ਜਾਂਦਾ। ਠੀਕ ਆ, ਮੈਂ ਉਹੀ ਕਹਿੰਦਾ ਬਈ ਸਿੱਧੂ ਬਾਈ ਦੇ ਯਾਰ ਦੋਸਤ ਹੋਗੇ, ਕਿੰਨੇ ਗਿਲੇ ਸ਼ਿਕਵੇ ਹੁੰਦੇ ਆ ਨਾ, ਲੜਾਈ ਝਗੜੇ ਵੀ ਹੁੰਦੇ, ਪਿਆਰ ਵੀ ਹੁੰਦਾ, ਖੱਪ ਵੀ ਪਾਈ ਹੁੰਦੀ ਆ, ਪਰ ਅੱਜ ਜਿਹੜਾ ਸਮਝਦਾਰ ਦੋਸਤ ਹੁੰਦਾ, ਜਿਹੜਾ ਜ਼ਿੰਦਗੀ 'ਚ ਰਿਹਾ ਸਿੱਧੂ ਬਾਈ ਦੇ ਨਾਲ, ਉਹ ਹਮੇਸ਼ਾ ਚੰਗੀਆਂ ਗੱਲਾਂ ਹੀ ਕਰੂਗਾ, ਤੇ ਕਿਸੇ ਇੰਟਰਵਿਊ 'ਚ ਜਾ ਕੇ ਤਾਂ ਪੁਰਾਣੀਆਂ ਗੱਲਾਂ ਨਹੀਂ ਕਰੂਗਾ ਵੀ ਇਹ ਹੋਇਆ ਸੀ, ਅਸੀਂ ਲੜੇ ਸੀ, ਉਹ ਚੰਗੀਆਂ ਗੱਲਾਂ ਕਰੂਗਾ ਹਮੇਸ਼ਾ। ਕੋਈ ਸਿਆਣਾ ਬੰਦਾ ਇਹੀ ਕਹਿੰਦਾ ਵੀ
ਇਨਸਾਨ ਚੰਗਾ ਸੀ ਵੀ ਆਹ ਚੀਜ਼ਾਂ ਸੀ ਕੋਈ ਚੰਗੀ ਚੀਜ਼ ਹੀ ਕਰਦੇ ਆ ਨਾ ਇਹ ਇੱਕ ਹਿਊਮਨ ਮੈਂਟੈਲਿਟੀ ਆ ਵੀ ਬੰਦਾ ਨਾ ਚੰਗੀਆਂ ਗੱਲਾਂ ਹੀ ਕਰਦਾ ਕੋਈ ਮੈਸੇਜ ਪਹੁੰਚ ਇਹ ਬੰਦੇ ਨੇ ਇੰਟਰਵਿਊ ਚ ਇੱਕ ਵੀ ਚੰਗੀ ਗੱਲ ਨਹੀਂ ਕੀਤੀ ਯਾਰ ਤੇ ਨਾਲੇ ਪਤਾ ਬਾਈ ਹੁਣ ਨਹੀਂ ਹੈਗਾ ਅੱਗੋ ਜਵਾਬ ਇਹਨੂੰ ਪਤਾ ਨਾ ਅੱਗੋ ਜਵਾਬ ਬਈ ਬਾਈ ਹੈ ਨੀ ਗਾ ਹੁਣ ਕਿਹੜਾ ਅੱਗੋ ਜਵਾਬ ਮਿਲਣਾ ਵਾ ਵੀ ਜੋ ਮਰਜ਼ੀ ਬੋਲੀ ਚੱਲਾਂ ਪਰ ਬੈਠੇ ਨੇ ਉਹਦੇ ਸਰੋਤੇ ਜਵਾਬ ਦੇਣ ਵਾਲੇ ਜਿਹੜੇ ਕਮੈਂਟਾਂ ਚ ਨੇ ਐ ਨੀ ਖਤਮ ਹੁੰਦਾ ਝੋਟਾ ਆ ਦੇਖ ਲਾ ਥੱਲੇ ਕਮੈਂਟਾਂ ਚ ਹੁਣ ਇਹਨੂੰ ਐ ਵਾ ਇਹਨੇ ਐਲਬਮ ਕੱਢਣੀ ਆਪਣੀ ਵੀ ਗਾਣੇ ਗੁਣੇ ਕੱਢਣੇ ਆ ਮੈਂ ਥੋੜੀ ਕੰਟਰੋਵਰਸੀ ਜੀ ਕ੍ਰੀਏਟ ਕਰਦਾ ਇਹਦਾ ਆਹ ਪਲਾਨ ਚੱਲਦਾ ਪਿਆ ਪਹਿਲਾ ਕੰਟਰੈਕਟ ਕਿਹੜਾ ਸਾਈਨ ਨਹੀਂ ਕਰਨਾ ਇਹਦੀ ਕੀ ਵਜ੍ਹਾ ਕਿ ਆਪਣਾ ਕੰਟਰੈਕਟ ਮੇਰਾ ਕੰਟਰੈਕਟ ਤੁਹਾਡੇ ਦਿਮਾਗ ਦੇ ਵਿੱਚ ਇਹਦੇ ਵਿੱਚ ਕੀ ਫਰਕ ਆ ਅਗਰ ਸਿੱਧੂ ਬਾਈ ਨੂੰ ਲੱਗਿਆ ਹੋਣਾ ਕਿ ਲਾਈਕ ਮੈਂ ਹੀ ਨਸੀਬ ਦਾ ਸਾਰਾ ਕੁਝ ਕਰ ਸਕਦਾ ਲੱਗਿਆ ਹੋਣਾ ਬਾਈ ਨੂੰ ਇਹ ਆਪਣੇ ਘੇਰੇ ਚ ਅਸੀਂ ਇਸ ਤੋਂ ਸਿੱਧੂ ਬਾਈ ਨੂੰ ਪਹਿਲੀ ਦੇਣੀ ਮੈਂ ਕਿਹਾ ਤੇ ਸਿੱਧੂ ਬਾਈ ਕੀ ਸਾਰਿਆਂ ਨੇ ਜਿੰਨਾਂ ਨੂੰ ਮੈਂ ਮਿਲਿਆ ਵੀ ਬਰੋ ਜੇ ਤੁਹਾਨੂੰ ਕਿਤੇ ਵੀ ਲੱਗਦਾ ਕਿ ਤੁਸੀਂ ਈਜ਼ੀਲੀ ਮੈਨੂੰ ਕੰਟਰੋਲ ਕਰ ਲਓਗੇ ਜਾਂ ਈਜ਼ੀਲੀ ਮੈਂ ਬਾਈ ਜੀ ਕਰਕੇ ਤੁਹਾਡੇ ਪਿੱਛੇ ਪਿੱਛੇ ਤੁਰਿਆ ਫਿਰੂੰਗਾ ਨਾ ਤੁਹਾਡੇ ਗੁਣ ਗਾਉਂਗਾ ਨੈਟ ਤੇ ਬੈਠ ਕੇ ਸ਼ੋ ਮੀ ਸਮ ਗੁੱਡ ਨਹੀਂ ਬਣਦਾ ਯਾਰ ਇਹ ਚੀਜ਼ਾਂ ਕਹਿਣੀ ਨਾ ਯਾਰ ਮੇਰੇ ਕੋਲ ਨਾ ਦੇਖੀ ਨਹੀਂ ਜਾ ਰਹੀ ਪਰ ਤੁਸੀਂ ਇੱਕ ਹਿਸਾਬ ਲਾਓ ਇੰਡਸਟਰੀ ਚ ਅਸੀਂ ਵੀ ਮੇਰੇ ਨਾਲ ਵੱਡਾ ਕੋਈ ਛੋਟਾ ਜਦੋਂ ਆਪਾਂ ਬੈਠੇ ਹਾਂ ਕਿਤੇ ਠੀਕ ਆ ਉਦਾਂ ਜਿੱਦਾਂ ਮਰਜ਼ੀ ਕਿਸੇ ਨੂੰ ਨਾਮ ਦੋ ਸਿੱਧੂ ਬਾਈ ਕਹੋ ਯਾਰ ਨਾ ਵੀ ਬੰਦਾ ਰਿਸਪੈਕਟ ਨਾਲ ਬੁਲਾਉਂਦਾ ਕਿਉਂਕਿ ਉਹ ਉਮਰ ਤੋਂ ਜੱਜ ਨਾ ਕਰੋ ਉਹਨੂੰ ਤਾਂ ਵੱਡੇ ਵੱਡੇ ਜਿਹੜੇ ਸੀਗੇ ਉਹ ਵੀ ਬਾਈ ਬਾਈ ਕਹਿਣ ਲੱਗ ਗਏ ਕਿਉਂਕਿ ਉਹ ਸ਼ਖਸੀਅਤ ਹੀ ਉਹ ਰੂਹ ਹੀ ਅਲੱਗ ਸੀ ਇਹ ਸਾਰੇ ਸਮਝ ਚੁੱਕੇ ਸੀ ਮੇਰੇ ਕੋਲ ਨਾ ਕੁਝ ਰਿਕਾਰਡਿੰਗ ਵੀ ਪਈਆਂ ਨੇ ਵੱਡੇ ਵੱਡੇ ਸਿੰਗਰਾਂ ਦੀਆਂ ਇੰਸਟਾ ਤੇ ਭੇਜੀਆਂ ਜਦੋਂ ਮੈਂ ਵੀਡੀਓ ਬਣਾਈ ਸੀਗੀ ਜਦੋਂ ਘਟਨਾ ਹੋਈ ਸੀ ਮੰਦਭਾਗੀ 29 ਮਈ ਨੂੰ ਉਦੋਂ ਮੇਰੇ ਕੋਲ ਆਈਆਂ ਵੀ ਸੀ ਰਿਕਾਰਡਿੰਗ ਕਈ ਸਿੰਗਰਾਂ ਦੀ ਵੀ ਸਿੱਧੂ ਕਿਸੇ ਟਾਈਮ ਉਹਨਾਂ ਨੂੰ ਐ ਮਿਲਦਾ ਹੁੰਦਾ ਸੀ ਤੇ ਉਹਨਾਂ ਦਾ ਇਹ ਸੀਗਾ ਯਾਰ ਬਾਈ ਉਹ ਲੈਜੈਂਡ ਆ ਯਾਰ ਬਾਈ ਉਹ ਰੂਹ ਹੀ ਲੱਗਾ ਕਹਿੰਦਾ ਰੱਬ ਰੂਹ ਆ ਉਹ ਤਾਂ ਯਾਰ ਵੀ ਸ਼ਖਸੀਅਤ ਹੀ ਹੋ ਰਹਾ ਸਿੱਧੂ ਬਾਈ ਫਿਰ ਮੈਂ ਕਦੇ ਕਦੇ ਸੋਚਦਾ ਯਾਰ ਸ਼ਾਇਦ ਇਹ ਸ਼ਖਸੀਅਤ ਹੀ ਐਡੀ ਹੋ ਗਈ ਸੀ ਨਾ ਕਿਉਂਕਿ ਜੋ ਇਹਦੇ ਰੋਲ ਮਾਡਲ ਸੀ ਉਹਨਾਂ ਤੋਂ ਵੀ ਉੱਪਰ ਦਾ ਹੋ ਗਿਆ ਵੀਰੇ ਸਹੀ ਗੱਲ ਦੱਸਾਂ ਤਾਂ ਦੂਜੀ ਗੱਲ ਮੈਨੂੰ ਇਹ ਵਧੀਆ ਲੱਗੀ ਕਿ ਤੁਸੀਂ ਸੱਚ ਬੋਲੇ ਸੱਚ ਬਹੁਤ ਘੱਟ ਬੋਲ ਸਕਦੇ ਹੋ ਲੋਕ ਜੋ ਤੁਸੀਂ ਬੋਲਿਆ ਕਿੰਨੀ ਅੰਦਰ ਇਹਦੇ ਭਰਿਆ ਪਿਆ ਹਜੇ ਵੀ ਹੇਟ ਇੰਨੀ ਆ ਨਾ ਇਹਨੂੰ ਸਿੱਧੂ ਤੋਂ ਇੰਨੀ ਲਾਗ ਡਾਟਾ ਸਿੱਧੂ ਤੋਂ ਲੱਗਦੇ ਸੀ ਜਿਹੜੇ ਲੱਗਦੇ ਸੀ ਉਹ ਵੀ ਸ਼ਾਂਤ ਹੋ ਗਏ ਵੀ ਹੁਣ ਰਿਹਾ ਹੀ ਨਹੀਂ ਬਾਈ ਯਾਰ ਜਦ ਅਗਲੇ ਨਾ ਹੁਣ ਮਿਸ ਵੀ ਕਰਦੇ ਹੁਣ ਗਾਣੇ ਸੁਣਦੇ ਆ ਉਹਨਾਂ ਦੇ ਠੀਕ ਆ ਹੁਣ ਮਿਸ ਕਰਦੇ ਆ ਰੋਂਦੇ ਆ ਕਈ ਬਈ ਉਦੋਂ ਅਸੀਂ ਜਦੋਂ ਸੀਗਾ ਬਾਈ ਉਦੋਂ ਗੱਲਬਾਤ ਕਰਕੇ ਆਪਣਾ ਕਰ ਲੈਂਦੇ ਸੈਟਿੰਗ ਨਾ ਇਹ ਬਾਈ ਹਜੇ ਵੀ ਨਹੀਂ ਟਲਦਾ ਯਾਰ ਹਜੇ ਵੀ ਲੱਗਿਆ ਹੋਇਆ ਵੀ ਮੈਂ ਕੰਟਰੋਲ ਨਹੀਂ ਕਰ ਸਕਦਾ ਮੈਨੂੰ ਸਿੱਧੂ ਨਹੀਂ ਕੰਟਰੋਲ ਕਰ ਸਕਦਾ ਜਨਤਾ ਬਹੁਤ ਹੈਗੀ ਆ ਪਿੱਛੇ ਥੋੜ੍ਹਾ ਜਿਹਾ 2-3-4 ਸਾਲਾਂ ਬਾਅਦ ਇੰਟਰਵਿਊ ਦੇਖੂਗਾ ਨਾ ਇਹਨੂੰ ਲੱਗੂ ਵੀ ਮੇਰੀ ਲਾਈਫ ਦੀ ਬਿਗੈਸਟ ਮਿਸਟੇਕ ਆ ਜਿਹੜੀ ਮੈਂ ਇੰਟਰਵਿਊ ਕੀਤੀ ਸੀ ਤੇ ਉਹਦੇ ਵਿੱਚ ਜਿਹੜੀ ਮੈਂ ਚੀਜ਼ਾਂ ਬੋਲਿਆ ਸੀ ਇਹ ਰਿਗਰੈਟ ਕਰੂਗਾ ਇਹ ਚੀਜ਼ ਦਾ ਦਿੱਲੀ ਮੈਨੂੰ ਕੰਟਰੋਲ ਕਰ ਲਓਗੇ ਜਾਂ ਈਜ਼ੀਲੀ ਮੈਂ ਬਾਈ ਜੀ ਕਰਕੇ ਤੁਹਾਡੇ ਪਿੱਛੇ ਤੁਰਿਆ ਫਿਰੂੰਗਾ ਨਾ ਤੁਹਾਡੇ ਗੁਣ ਗਾਉਂਗਾ ਨੈਟ ਤੇ ਬੈਠ ਕੇ ਸ਼ੋ ਮੀ ਸਮ ਗੁੱਡ ਮੈਂ ਉਹ ਅਪਰੀਸ਼ੀਏਟ ਕਰੂੰਗਾ ਤੁਹਾਡੀ ਪੈਟ ਤੇ ਵੀ ਤੁਹਾਡੇ ਮੂੰਹ ਤੇ ਵੀ ਸੁਜੀ ਦਾ ਫੋਨ ਕੱਟਿਆ ਉਸ ਤੋਂ ਬਾਅਦ ਬਾਈ ਦੀਆਂ 5-6 ਕਾਲਾਂ ਆਈਆਂ ਫਿਰ ਮੈਂ ਚੱਕਿਆ ਨਹੀਂ ਕਿਉਂਕਿ ਮੈਂ ਵੀ ਉਮਰੋਂ ਕਿਹੜਾ ਸੀ ਤੇ ਫਿਰ ਅਸੀਂ 1.5-2 ਦਿਨਾਂ ਬਾਅਦ ਗੱਲ ਕੀਤੀ ਤੇ ਮੈਨੂੰ ਕਹਿੰਦਾ ਜਾਣ ਗੁੱਸੇ ਨਾ ਹੋ ਲੈ ਤੈਨੂੰ ਨਹੀਂ ਪਤਾ ਲੈ ਮੈਂ ਤੇਰੇ ਬਾਰੇ ਗੁੱਡ ਸੋਚਦਾ ਮੈਂ ਕਹਿੰਦਾ ਮੈਂ ਬਾਈ ਮੈਂ ਵੀ ਤੇਰੇ ਬਾਰੇ ਗੁੱਡ ਸੋਚਦਾ ਪਰ ਫਿਰ ਕਹਿਣ ਦਾ ਤਰੀਕਾ ਗਲਤ ਸੀ ਜੋ ਆਪਣਾ ਕੰਟਰੈਕਟ ਵੀ ਉੱਥੇ ਸਿੱਧੂ ਮੂਸੇਵਾਲਾ ਨਸੀਬ ਨਹੀਂ ਲਿਖਿਆ ਕੱਲਾ ਨਸੀਬ ਲਿਖਿਆ ਉਹ ਨਿਆਣਾ ਯਾਰ ਇਹ ਬਹੁਤ ਨਿਆਣਾ ਇਹ ਕਿਉਂਕਿ ਉਹ ਸ਼ਖਸੀਅਤ ਰਿਹਾ ਨਹੀਂ ਉਹਦੇ ਬਾਰੇ ਗੋਸਿਪ ਕਰੀ ਜਾਂਦਾ ਵੀ ਐਂ ਹੋਇਆ ਸੀ ਮੈਂ ਫੋਨ ਨਹੀਂ ਚੁੱਕਿਆ ਹਨਾ ਇਹ ਨਹੀਂ ਕੀਤਾ ਵੋ ਨਹੀਂ ਕੀਤਾ ਯਾਰ ਇਹ ਇੰਟਰਵਿਊ ਨਾ ਬੇਮਤਲਬ ਆ ਆ ਜਿੰਨੇ ਵੀ ਪਾਈ ਆ ਇਹ ਬੇਮਤਲਬ ਇੰਟਰਵਿਊ ਆ ਯਾਰ ਪੈਣੀ ਨਹੀਂ ਚਾਹੀਦੀ ਸੀਗੀ ਦੂਜਾ ਬਈ ਮੈਨੂੰ ਲੱਗਦਾ ਉਹ ਮੈਚਿਓਰ ਨੇ ਸਾਹਮਣੇ ਵਾਲੇ ਪਰਸਨ ਇੰਨਾ ਤਾਂ ਬੱਚਾ ਵੀ ਸਮਝ ਲੈਂਦਾ ਯਾਰ ਮੇਰੀ ਉਮਰ ਵੀ ਘੱਟ ਆ ਉਹਨਾਂ ਨਾਲ ਦੇ ਜਿਹੜੇ ਹੋਸਟ ਨੇ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਬ੍ਰੋ ਵੀ ਆਹ ਗੱਲ ਨਾ ਕਰੋ ਤੁਸੀਂ ਬਈ ਤੁਸੀਂ ਉਹ ਚਲੇ ਗਏ ਨੇ ਸ਼ਖਸੀਅਤ ਤੁਸੀਂ ਕਹਿੰਦੇ ਮੈਂ ਫੋਨ ਨਹੀਂ ਚੱਕਿਆ ਉਹ ਇੱਦਾਂ ਸੀ ਮੈਨੂੰ ਆਇਆ ਸੀ ਬਈ ਸਟੋਪ ਇਟ ਵੀ ਆਪਾਂ ਕੋਈ ਪੋਜ਼ਿਟਿਵ ਗੱਲਾਂ ਕਰਦੇ ਹਾਂ ਨਾ ਓਬਵੀਅਸਲੀ ਇੰਟਰਨੈਟ ਕਾਹਦੇ ਲਈ ਯਾਰ ਤੁਹਾਨੂੰ ਹੋਰ ਸਟ੍ਰੈਸ ਦੇਣ ਲਈ ਆ ਸਟ੍ਰੈਸ ਹੀ ਦਿੰਦੀਆਂ ਚੀਜ਼ਾਂ ਥੱਲੇ ਗਾਲਾਂ ਯੇ ਵੋ ਸੋ ਬਹੁਤ ਬੇਕਾਰ ਆ ਇਹ ਚੀਜ਼ ਮੈਨੂੰ ਨਹੀਂ ਵਧੀਆ ਲੱਗੀ ਆਥੂ ਤੇ ਭਾਜੀ ਲਈ ਫਿਰ ਇੱਕ ਦੋ ਲੈਣਾ ਹੋ ਰਿਹਾ ਮੈਂ ਸਿੱਧੂ ਮੂਸੇਵਾਲ ਦੇ ਲੇਬਲ ਅੰਡਰ ਦੈਨ ਆਈ ਡੋਨਟ ਨੀਡ ਦੈਟ ਥਿੰਗ ਮੈਂ ਤਾਂ ਸਿੱਧੂ ਮੂਸੇਵਾਲ ਨਾਲ ਵੀ ਹੋਵੇ ਮੈਨੂੰ ਤਾਂ ਵੀ ਕੋਈ ਕੰਟਰੈਕਟ ਨਹੀਂ ਚਾਹੀਦਾ ਮੈਂ ਕੰਟਰੈਕਟ ਚ ਬੈਂਕ ਨਹੀਂ ਹੋ ਸਕਦਾ ਕਿਸੇ ਦਾ ਇੱਕ ਤਰ੍ਹਾਂ ਦੀ ਫ੍ਰੀਡਮ ਐਜ਼ ਅ ਸਭ ਝਲਕਦਾ ਕਿ ਸਿੱਧੂ ਨੂੰ ਹਾਰਡ ਕੋਰ ਫੋਲੋ ਕਰਦਾ ਸੀ ਪਤਾ ਲੱਗ ਜਾਂਦਾ ਵੀ ਹਾਂ ਮੈਂ ਟੂਪਾਕ ਨੂੰ ਸੁਣਦਾ ਸੀ ਮੈਂ ਕਾਲਿਆਂ ਨੂੰ ਸੁਣਦਾ ਸੀ ਤੇ ਐਟੀਟਿਊਡ ਜਿੱਦਾਂ ਦਿਖਾ ਰਿਹਾ ਨੇ ਕਾਪੀ ਕਰ ਰਿਹਾ ਐਕਚੁਅਲੀ ਕਈ ਵਾਰ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਜਿਹਨੂੰ ਆਪਾਂ ਲੀਡਰ ਮੰਨਦੇ ਹਾਂ ਨਾ ਆਪਾਂ ਉਹਨੂੰ ਹੇਟ ਕਰਨ ਲੱਗ ਜਾਂਦੇ ਹੁੰਦੇ ਤੇ ਉਹਨੂੰ ਕਾਪੀ ਕਰਨ ਲੱਗ ਜਾਂਦੇ ਹੁੰਦੇ ਵੀ ਹਾਂ ਮੈਂ ਉਦਾਂ ਹੀ ਕਿਉਂਕਿ ਇਹਦੇ ਵਿੱਚ ਝਲਕਦਾ ਵੀ ਇਹ ਨਾ ਇੱਕ ਹੁੰਦੇ ਆ ਸ਼ਗਿਰਦ ਜਿਹੜੇ ਮੰਨਦੇ ਆ ਵੀ ਹਾਂ ਸਿੱਧੂ ਸਾਡਾ ਉਸਤਾਦ ਇੱਕ ਹੁੰਦਾ ਜੀ ਕਾਪੀ ਵੀ ਕਰਦੇ ਆ ਤੇ ਦੂਜਾ ਕਹਿਣਾ ਵੀ ਨਹੀਂ ਨਹੀਂ ਆਪਾਂ ਤਾਂ ਐਂ ਵਾ ਜੀ ਆਪਾਂ ਨਹੀਂ ਹੈ ਇਹ ਉਹ ਵਾਲਾ ਵਾ ਸਿੱਧੂ ਦੇ ਨਾਮ ਕਰਕੇ ਤੇਰੀ ਇੰਟਰਵਿਊ ਚੱਲਦੀ ਪਈ ਆ ਲੋਕ ਜਿਹੜੇ ਗਾਲਾਂ ਕੱਢ ਰਹੇ ਨੇ ਉਹ ਵੀ ਸਿੱਧੂ ਕਰਕੇ ਕੱਢਦੇ ਪਏ ਨੇ ਕਹਿੰਦਾ ਮੈਨੂੰ ਕੱਲ ਤੱਕ ਚਾਹੀਦੀ ਆ ਉਹ ਚੀਜ਼ ਜਿਵੇਂ ਮਰਜ਼ੀ ਕਰਕੇ ਭੇਜੋ ਕਹਿੰਦਾ ਆਰਟਿਸਟ ਬਹੁਤ ਐ ਕਰ ਰਿਹਾ ਵੀ ਗਾਣਾ
ਦਾ 12 ਘੰਟੇ ਦੀ ਸ਼ਿਫਟ ਲਾ ਕੇ ਵਿਦਆਊਟ ਆਪਦੇ ਘਰੇ ਗਿਆ ਕੁਛ ਵੀ ਕਰੇ ਤੋਂ ਬਿਨਾਂ ਸਿੱਧਾ ਸਟੂਡੀਓ ਗਿਆ ਨਿਊ ਵੈਸਟ ਰਿਕਾਰਡ ਕੀਤਾ ਰੈਪ ਭੇਜ ਦਿੱਤਾ ਇੰਨੀ ਲੰਬੀ ਸਪੀਚ ਨੇ ਤਾਂ ਦਿੱਤੀ ਆ ਬਈ ਮੈਂ ਆਪਣਾ ਕੰਮ ਨਹੀਂ ਛੱਡਿਆ ਓਲਡ ਸਕੂਲ ਕਰਕੇ ਸਿੱਧੂ ਬਾਈ ਕਰਕੇ ਕਹਿੰਦਾ ਮੈਂ ਸ਼ਿਫਟ ਕੀਤੀ ਡੱਬੇ ਡੁੱਬੇ ਚੱਕੇ ਮੈਂ ਘਰੇ ਗਿਆ ਮੈਂ ਰੋਟੀ ਨਹੀਂ ਖਾਧੀ ਮੈਂ ਸਿੱਧਾ ਸਟੂਡੀਓ ਗਿਆ ਮੈਂ ਬਹੁਤ ਬਿਜ਼ੀ ਬੰਦਾ ਸੀਗਾ ਮੈਨੂੰ ਸਿੱਧੂ ਬਾਈ ਨੇ ਕਾਲ ਕਰਕੇ ਕਿਹਾ ਵੀ ਵਰਸ ਭੇਜ ਕਹਿੰਦਾ ਮੈਂ ਆਪਣਾ ਕੰਮ ਨਹੀਂ ਛੱਡਿਆ ਵੀ ਮੈਂ ਭੱਜਿਆ ਨਹੀਂ ਵੀ ਸਿੱਧੂ ਬਾਈ ਦਾ ਕਾਲ ਆਇਆ ਮੈਂ ਜਲਦੀ ਜਲਦੀ ਵਰਸ ਦਵਾਂ ਸੋ ਇਹ ਕਿਤੇ ਨਾ ਕਿਤੇ ਨਾ ਇੰਟਰਵਿਊ ਦੀ ਸਟਾਰਟਿੰਗ ਤੋਂ ਐਂਡ ਤੱਕ ਇਹੀ ਸ਼ੋਅ ਆਫ ਕਰ ਰਿਹਾ ਵੀ ਮੈਨੂੰ ਮੈਂ ਖੁਦ ਬਣਿਆ ਜਿਹੜਾ ਗਲਤ ਆ ਭਾਜੀ ਤੁਹਾਡੇ ਲਈ ਫਿਰ ਦੋ ਲੈਣ ਓਲਡ ਸਕੂਲ ਦੀ ਵੀਡੀਓ ਹੋਈ ਪਹਿਲਾਂ ਤਾਂ ਵੀਡੀਓ ਵੇਲੇ ਸਾਡਾ ਗੱਡਾ ਬਹੁਤ ਪਿਆ ਕਿ ਉਹੀ ਵੀ ਬਾਲੇ ਸਿੱਧੇ ਬੰਦੇ ਨੂੰ ਤੇ ਅਨਨੋਨ ਬਾਲਾ ਸਿੱਧਾ ਬੰਦਾ ਉਹਨੂੰ ਨਾ ਬਾਲਾ ਐਕਸੈਪਟ ਨਹੀਂ ਕਰਦੇ ਉੱਤਲੇ ਬੰਦੇ ਸਪੈਸ਼ਲੀ ਲਾਈਕ ਉਹਨਾਂ ਲੋਕ ਬੜਾ ਐਟੀਟਿਊਡ ਹੈ ਇਹ 'ਚ ਕਾਹਦਾ ਐਟੀਟਿਊਡ ਹੈ ਇਹ ਤਾਂ ਕੁਛ ਕੀਤਾ ਵੀ ਨਹੀਂ ਜ਼ਰੂਰੀ ਤਾਂ ਨਹੀਂ ਤੁਸੀਂ ਕੁਛ ਕਰਨਾ ਤੁਹਾਡੇ 'ਚ ਉਹ ਐਟੀਟਿਊਡ ਨਾ ਹੋਵੇ ਤੁਹਾਡੇ 'ਚ ਅਣਖ ਨਾ ਹੋਵੇ ਤੁਹਾਡੇ 'ਚ ਕੋਡ ਨਾ ਹੋਵੇ ਵੀ ਤੁਸੀਂ ਇਹ ਵੀ ਗਲਤ ਆ ਯਾਰ ਤੁਸੀਂ ਜ਼ਿੰਦਗੀ 'ਚ ਕੁਛ ਕੀਤਾ ਹੀ ਨਹੀਂ ਤੇ ਆਕੜ ਕਾਹਦੀ ਚੱਕਣੀ ਆ ਤੁਸੀਂ ਜ਼ਿੰਦਗੀ 'ਚ ਕੁਛ ਕੀਤਾ ਨਹੀਂ ਤੇ ਆਕੜ ਵੀ ਰੱਖ ਰਹੇ ਹੋ ਉੱਤੋਂ ਭਾਜੀ ਦੋ ਲੈਣਾ ਦੋ ਨਹੀਂ ਚਾਰ ਇਸ ਵਾਰ ਜੇ ਤੁਸੀਂ ਉਹ ਅਣਖ ਲੈ ਕੇ ਚੱਲਦੇ ਹੋ ਫਿਰ ਤੁਸੀਂ ਦੁਨੀਆ ਦੂਜੇ ਪਾਸੇ ਲਾ ਸਕਦੇ ਹੋ ਮੈਨੂੰ ਲੱਗਦਾ ਹਨਾ ਤੇ ਮੈਨੂੰ ਰਾਹੁਲ ਚਾਹਲ ਦਾ ਫੋਨ ਆਇਆ ਜਿਹੜਾ ਓਲਡ ਸਕੂਲ ਦਾ ਜਿਹਨੇ ਵੀਡੀਓ ਡਾਇਰੈਕਟਰ ਹੈ ਮੈਨੂੰ ਕਾਲ ਲਾ ਕੇ ਕਹਿੰਦਾ ਰਾਹੁਲ ਚਾਹਲ ਦੱਸਦਾ ਬਹੁਤ ਰਿਫਾਈਨ ਡਾਇਰੈਕਟਰ ਆ ਟੀ ਡੋਟ ਬਹੁਤ ਵਧੀਆ ਵਧੀਆ ਗਾਣੇ ਬਣਾਏ ਇੱਕ ਤਾਂ ਨਿਆਣਾ ਵੀ ਸਿੱਧਾ ਤੁਸੀਂ ਨਾ ਲੈਂਦੇ ਹੋ ਤੁਸੀਂ ਨਾ ਲੈ ਕੇ ਸਿਰਫ ਇੰਨੀ ਕੁ ਗੱਲ ਦੱਸ ਦਿਓ ਤੇ ਆਹ ਪੁਰਾਣੀ ਗੱਲ ਆ ਚਾਰ ਸਾਲ 'ਚ ਬੰਦਾ ਬਹੁਤ ਗਰੋ ਕਰਦਾ ਹਰ ਸਾਲ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਮੇਰੇ ਨਾਲ ਜਿਹੜਾ ਕੋਈ ਖੈਬੜਿਆ ਹੋਊਗਾ ਜਾਂ ਹੋਊਗਾ ਪਿਛਲੇ 4 ਸਾਲ ਪਹਿਲਾਂ ਮੇ ਬੀ ਉਹ 4 ਸਾਲ ਅੱਜ ਤੋਂ ਮੇਰੇ ਨਾਲ ਜ਼ਿਆਦਾ ਸਮਝਦਾਰ ਹੋ ਗਿਆ ਹੋਵੇ ਤਾਂ ਕਿਸੇ ਨੂੰ ਪੁਰਾਣੇ ਹਿਸਾਬ ਨਾਲ ਜੱਜ ਨਹੀਂ ਕਰਨਾ ਚਾਹੀਦਾ ਨਾ ਲੈ ਕੇ ਕਹਿੰਦਾ ਵੀ ਮੈਨੂੰ ਐਂ ਮਿਲਿਆ ਸੀ ਉਹ ਬਾਈ ਐਂ ਸੀ ਹਰ ਇੱਕ ਬੰਦਾ ਆਪਣੀ ਜਗ੍ਹਾ ਤੇ ਵਧੀਆ ਕਰ ਰਿਹਾ ਸਭ ਨਾਲ ਨਿਆਣੀ ਮਤੇ ਹੁੰਦੀ ਵੀ ਤੁਸੀਂ ਕਹਿੰਦਾ ਨਾ ਲੈ ਕੇ ਉਹਨੂੰ ਐਂ ਕਰ ਤੇਰੇ ਕੋਲ ਵੀ ਅਸੀਂ ਤਾਂ ਆਏ ਹਾਂ ਨਾ ਲੈ ਰਹੇ ਹਾਂ ਤੇਰਾ ਕਿਉਂਕਿ ਇਹ ਇੰਟਰਨੈਟ ਤੇ ਚੀਜ਼ ਪਈ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਨੈਗੇਟਿਵਿਟੀ ਫੈਲਾ ਰਹੀ ਕੀ ਹਾਲ ਆ ਭਾਜੀ ਮੈਂ ਕਿਹਾ ਵਧੀਆ ਕਹਿੰਦਾ ਕਿੱਥੇ ਰਹਿੰਦੇ ਹੋ ਮੈਂ ਕਿਹਾ ਸਰੀ ਰਹਿੰਦੇ ਹੋ ਆਪਾਂ ਸਰੀ ਕਿਤੇ ਖਾਣ ਪੀਣ ਮਿਲਦੇ ਆ ਬਾਹਰ ਮੈਂ ਕਿਹਾ ਕਿਉਂ ਬਈ ਤੁਹਾਨੂੰ ਕਾਹ ਤੋਂ ਮਿਲਣਾ ਮੈਂ ਬਾਕੀ ਗੱਲਾਂ ਦੀ ਗੱਲਾਂ ਦੇਖ ਲੋ ਓਲਡ ਸਕੂਲ ਦੀਆਂ ਹਜੇ ਤੱਕ ਗੱਲਾਂ ਹੋ ਰਹੀਆਂ ਕਿਹੜੀ ਗੱਲ ਕਦੋਂ ਗਾਣਾ ਆਇਆ ਸਿੱਧੂ ਦੇ ਓਲਡ ਸਕੂਲ ਨੂੰ ਟਾਰਗੇਟ ਕਰਕੇ ਆਪਣੇ ਆਪ ਨੂੰ ਪ੍ਰਮੋਟ ਕਰ ਨਹੀਂ ਤਾਂ ਬੰਦਾ ਕਹਿੰਦਾ ਛੱਡੋ ਉਹ ਹੋ ਗਈ ਮਤਲਬ ਆਮ ਇਨਸਾਨ ਕੀ ਕਹਿੰਦਾ ਪੋਡਕਾਸਟ ਇੰਟਰਵਿਊ ਜਾਂਦਾ ਕੋਈ ਸਵਾਲ ਪੁੱਛਦਾ ਅੱਗੋ ਵੀ ਓਲਡ ਸਕੂਲ ਦੀ ਕੀ ਕਹਾਣੀ ਹੈ ਅਗਲਾ ਕਹਿੰਦਾ ਨਹੀਂ ਵੀ ਲੈਜੈਂਡ ਬੰਦਾ ਉਹ ਸਿੱਧੂ ਵੀ ਮੌਕਾ ਦਿੱਤਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਕੀਤਾ ਰਹਿ ਉਹ ਪੁਰਾਣੀ ਗੱਲ ਹੋ ਗਈ ਹੈ ਜੀ ਬਾਕੀ ਆਪਾਂ ਸਿੱਧੂ ਨੂੰ ਪਿਆਰ ਕਰਦੇ ਹਾਂ ਅਗਲਾ ਗੱਲ ਟਾਲ ਦਿੰਦਾ ਵੀ ਹੋਰ ਗੱਲ ਨਹੀਂ ਇਹਨੇ ਤਾਂ ਇਹਨੂੰ ਪਤਾ ਲੱਗ ਗਿਆ ਇਹਨੂੰ ਮੌਕਾ ਮਿਲ ਗਿਆ ਵੀ ਲੈ ਵੀ ਸਿੱਧੂ ਦੀ ਗੱਲ ਹੋ ਰਹੀ ਆ ਓਲਡ ਸਕੂਲ ਦੀ ਗੱਲ ਹੋ ਰਹੀ ਆ ਮੈਂ ਹੁਣ ਪੜਾਸ ਖੜਦਾ ਸਰ ਸੋ ਇੱਥੇ ਵੀ ਕਾਟਾ ਵੱਜ ਗਿਆ ਤੇ ਦੂਜੇ ਪਾਸੇ ਉਹਨੂੰ ਮਨਾ ਜਿਹਾ ਕਰਾ ਦਈਏ ਤੇ ਸਿੱਧੂ ਨੂੰ ਕਹਿ ਦਈਏ ਉਹ ਤਾਂ ਮੁੱਕਰ ਗਿਆ ਕਰ ਗਿਆ ਹਨਾ ਵੀ ਇਹ ਜਵਾਕ ਹੈ ਪਰ ਅਕਲ ਬਾਬੇ ਕਨੀ ਲਾਈਕ ਆਹ ਚੀਜ਼ਾਂ ਚ ਅੜਨ ਵਾਲੇ ਮਾਮਲੇ ਚ ਮੈਂ ਪਹਿਲੇ ਦਿਨੋਂ ਤੇਜ਼ ਸੀ ਹੋਰ ਮੈਨੂੰ ਪੜ੍ਹਾਈ ਪੜੂਈ ਹੋਰ ਮੈਨੂੰ ਕੋ ਅੜਨ ਵਾਲੇ ਮਾਮਲੇ ਚ ਨਹੀਂ ਦਿਮਾਗ ਤੇਜ਼ ਸੀਗਾ ਗਾਣਾ ਖਾਣ ਚ ਸੀਗਾ ਡਿਸ ਕਰਵਾਉਣ ਚ ਯਾਰ ਬਾਈ ਜਿਹੜੇ ਬੀਬਾ ਬੋਇਜ਼ ਨੇ ਸੁਲਤਾਨ ਨੇ ਸਾਰੇ ਜਾਣੇ ਨੇ ਜੇ ਤੁਸੀਂ ਮੈਨੂੰ ਪਤਾ ਵੀ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਬਹੁਤ ਵੱਡੇ ਹੋ ਚੁੱਕੇ ਹੋ ਜਦੋਂ ਉਹ ਟਾਈਮ ਸੀਗਾ 4 ਸਾਲ ਪਹਿਲਾਂ ਚਲੋ ਸਾਰੇ ਬੀਫ ਕਰਦੇ ਸੀਗੇ ਬਣਦਾ ਯਾਰ ਮੈਂ ਕਮੈਂਟ ਵੀ ਕਰੂੰਗਾ ਤੁਹਾਡੇ ਪੁਰਾਣੇ ਗਾਣੇ ਚ ਬਣਦਾ ਇੱਕ ਅੱਧਾ ਹੋਰ ਡਿਸ ਇੱਥੇ ਇਹੋ ਜਿਹੇ ਹੋਣਾ ਚਾਹੀਦਾ ਵਾ ਬਾਕੀ ਤੁਸੀਂ ਕਮੈਂਟ ਕਰਕੇ ਬਾਈ ਨੂੰ ਦੱਸਿਓ ਪਰ ਮੈਨੂੰ ਲੱਗਦਾ ਕਿ ਹੁਣ ਕਿਉਂਕਿ ਯਾਰ ਲੈਵਲ ਦੇ ਬੰਦੇ ਨਾਲ ਗੱਲ ਹੁੰਦੀ ਹੈ ਤਾਂ ਕਿਸੇ ਨਾ ਨਾ ਕਿਤੇ ਹੈ ਹੀ ਨੀ ਗਏ ਤਾਂ ਕਿਤੇ ਹੈ ਹੀ ਨੀ ਗਏ ਓਲਡ ਸਕੂਲ ਆਇਆ ਮੈਨੂੰ ਕਹਿੰਦਾ ਨਸੀਬ ਕਿਵੇਂ ਲੱਗਿਆ ਮੈਂ ਕਿਹਾ ਬਹੁਤ ਵਧੀਆ ਲੱਗਿਆ ਚੱਲ ਬਾਈ ਸਾਡਾ ਪੋਸਟਰ 'ਚੋਂ ਫੋਟੋ ਕਰਤੀ ਉਹ ਵੀ ਕੂਲ ਸੋਸ਼ਲਸ ਤੇ ਮੇਰਾ ਨਾਂ ਚੱਕਤਾ ਮੈਨੂੰ ਪਤਾ ਨਹੀਂ ਸੀਗਾ 2 ਵਾਰੀ ਓਲਡ ਸਕੂਲ ਮੇਰੀ ਗੱਡੀ 'ਚ ਚੱਲਿਆ ਇੱਕ ਵਾਰੀ ਸ਼ੇਅਰ ਕਰਨ ਵਾਸਤੇ ਗ੍ਰਜੀਜ਼ ਨੇ ਬੰਦੇ ਨੂੰ ਬਹੁਤ ਹਜੇ ਤੱਕ ਗ੍ਰਜੀਜ਼ ਨੇ ਬੰਦੇ ਨੂੰ ਵੀ ਮੇਰਾ ਕਹਿੰਦਾ ਹਜੇ ਤੱਕ ਬੰਦੇ ਨੂੰ ਗ੍ਰਜੀਜ਼ ਨੇ ਠੀਕ ਆ ਵੀ ਕਹਿੰਦਾ ਮੇਰਾ ਪੋਸਟਰ 'ਚੋਂ ਫੋਟੋ ਕਢਾਤੀ ਬਲੇਮ ਸਿੱਧੂ ਨਹੀਂ ਕਰ ਰਿਹਾ ਹਜੇ ਵੀ ਦੇਖ ਲਓ ਕਿੰਨਾ ਅੰਦਰੋਂ ਭਰਿਆ ਪਿਆ ਹਜੇ ਵੀ ਕਿੰਨੀ ਜ਼ਿਆਦਾ ਅੰਦਰ ਇਹਦੇ ਹੇਟ ਹੋਣੀ ਆ ਮੇਰਾ ਪੋਸਟਰ 'ਚ ਨਾਮ ਘਟਾਤਾ ਸੋਸ਼ਲ 'ਚੋਂ ਨਾਮ ਘਟਾਤਾ ਕਹਿੰਦਾ ਉਸ ਤੋਂ ਬਾਅਦ ਹੋਰ ਕੁਛ ਕਿਹਾ ਮੈਨੂੰ ਪਤਾ ਨਹੀਂ ਸੀਗਾ 2 ਵਾਰੀ ਓਲਡ ਸਕੂਲ ਮੇਰੀ ਗੱਡੀ 'ਚ ਚੱਲਿਆ ਇੱਕ ਵਾਰੀ ਸ਼ੇਅਰ ਕਰਨ ਵਾਸਤੇ ਇੱਕ ਵਾਰੀ ਕਿਸੇ ਦੀ ਫਰਮਾਇਸ਼ ਤੇ ਮੈਂ ਓਲਡ ਸਕੂਲ ਝੂਠ ਕੀ ਕਹਿੰਦਾ ਸਾਰਾ ਸੁਣਦਾ ਮੈਂ ਓਲਡ ਸਕੂਲ ਮੈਨੂੰ ਪਸੰਦ ਨਹੀਂ ਕਰਨਾ ਚੱਲ ਚਲੇ ਗਿਆ ਮੈਂ ਇੱਕ ਵਾਰੀ ਸਿੱਧੂ ਨੂੰ ਕਾਲ ਲਾ ਕੇ ਮੈਂ ਕੀ ਕਹਾਂ ਹੁਣ ਤੁਸੀਂ ਕਮੈਂਟਾਂ 'ਚ ਹੀ ਦੱਸ ਦਿਓ ਉਹੀ ਗੱਲ ਹੈ ਨਾ ਗਾਣੇ ਤੁਹਾਡੇ ਚੱਲਣ ਕਮੈਂਟਾਂ 'ਚ ਜੱਟ ਠੀਕ ਆ ਕਹਿੰਦਾ ਮੈਂ ਓਲਡ ਸਕੂਲ ਸੁਣਿਆ ਹੀ ਨਹੀਂ ਕਹਿੰਦਾ ਮੈਂ ਸ਼ੇਅਰ ਕਰਨ ਲੱਗੇ ਸੁਣਿਆ ਤੇ ਇੱਕ ਵਾਰ ਕਿਸੇ ਨੇ ਡਿਮਾਂਡ ਕਰਤੀ ਉਹ ਸੁਣਿਆ ਓਲਡ ਸਕੂਲ ਗਾਣਾ ਕਹਿੰਦਾ ਮੈਨੂੰ ਪਸੰਦ ਹੀ ਨਹੀਂ ਹੈਗਾ ਮਤਲਬ ਜਿਨ੍ਹਾਂ ਨੇ ਓਲਡ ਸਕੂਲ ਇੰਨਾ ਸੁਣਿਆ ਬਕਵਾਸ ਮਾਰਦਾ ਯਾਰ ਇਹਦੀਆਂ ਆਹ ਵੀਡੀਓ ਵੀ ਆਈਆਂ ਹੋਈਆਂ ਵੀ ਇੰਜੋਏ ਕਰਦੇ ਪਿਆ ਪਾਰਟੀ 'ਚ ਨੱਚਦਾ ਪਿਆ ਪੀ ਕੇ ਵੀ ਓਲਡ ਸਕੂਲ ਗਾਉਂਦਾ ਪਿਆ ਵਾ ਇੰਨਾ ਫੇਕ ਨਾ ਹੋਵੇ ਬੰਦਾ ਥੋੜ੍ਹਾ ਬਹੁਤ ਚੱਲਦਾ ਬਈ ਹਾਂ ਕਿਤੇ ਕਿਤੇ ਕਿਸੇ ਨੇ ਗੱਲ ਨਹੀਂ ਕਰਨੀ 100% ਫੇਕ ਉਹ ਕਿੱਡੀ ਗੱਪ ਆਣਾ ਕਹਿੰਦਾ ਮੈਂ ਓਲਡ ਸਕੂਲ 2 ਵਾਰ ਸੁਣਿਆ ਤੇ ਓਲਡ ਸਕੂਲ ਮੈਨੂੰ ਪਸੰਦ ਹੀ ਨਹੀਂ ਹੈਗਾ ਮੈਨੂੰ ਹਜ਼ਮ ਨਹੀਂ ਹੋ ਰਹੀ ਇਹ ਗੱਲ ਤੁਹਾਨੂੰ ਹੋ ਰਹੀ ਆ
ਪਈ ਆ ਵੀਡੀਓ ਅੱਗੇ ਤੁਸੀਂ ਦੇਖ ਲਿਓ ਯਾਰ ਜਾ ਕੇ ਪੱਗ ਵਾਲੇ ਵਾਸਤੇ ਤੁਹਾਡੇ ਵਰਗੇ ਰੋਡੇ ਭੋਡਿਆਂ ਦੇ ਦਿਲ ਚ ਕਿੰਨੀ ਇੱਜ਼ਤ ਆ ਬਰੋ ਮੈਨੂੰ ਤੇਰੀ ਸਟੋਰੀ ਤੋਂ ਹੀ ਪਤਾ ਲੱਗ ਗਿਆ ਤੇ ਤੂੰ ਕਿਹੋ ਜਿਹੇ ਟਾਈਪ ਦਾ ਬੰਦਾ ਹੋਵੇਗਾ ਇਹ ਮੈਨੂੰ ਤੂੰ ਆਪ ਮੈਸੇਜ ਕਰਕੇ ਦੱਸਦਾ ਗਾਮੇ ਉਹ ਨਸੀਬ ਪੱਗ ਦੀ ਗੱਲ ਤਾਂ ਕਰਨਾ ਬਾਈ ਅਸੀਂ ਵੇਖੀ ਇੰਟਰਵਿਊ ਉਹਦੇ ਵਿੱਚ ਸਾਫ਼ ਤੂੰ ਕਿਹਾ ਹੋਇਆ ਆਈ ਵੀ ਆਰ ਟਰਬਨ ਆਈ ਗੋਟ ਗਰਲਸ ਆਈ ਗੋਟ ਫੇਮ ਆਈ ਗੋਟ ਮਨੀ ਫਿਰ ਟਰਬਨ ਕਾ ਮਨੀ ਯੂ ਗੋਨਾ ਗੈਟ ਦ ਮੋ ਗਰਲਸ ਮੋ ਮਨੀ ਮੋ ਫੇਮ ਹੀ ਗਾ ਮੈਂ ਜਸਟ ਵਾਂਟ ਟੂ ਸੇ ਦੈਟ ਲਾਈਕ ਬਈ ਪੱਗ ਬੰਨ ਕੇ ਕੁੜੀਆਂ ਫਸਾਈਆਂ ਜਾਂਦੀਆਂ ਤਾਂ ਇਹ ਜੀ ਪੱਗ ਨਹੀਂ ਬੰਨਣੀ ਚਾਹੀਦੀ ਫਿਰ ਨਾ ਜੇ ਤੁਸੀਂ ਮਾਈਂਡ ਸੈਟ ਤੁਹਾਡਾ ਇੱਦਾਂ ਦਾ ਵਾ ਵੀ ਪੱਗ ਬੰਨ ਕੇ ਕੁੜੀਆਂ ਫੇਮ ਮਿਲਦਾ ਦੂਜਾ ਸਿੱਧੂ ਨੇ ਕਿਹਾ ਸੀ ਨਾ ਵੀ ਇੰਟਰਵਿਊਆਂ ਚੈੱਕ ਕਰ ਲਈ ਵਿੱਚੋਂ ਵਿੱਚੀ ਫੈਨਸ ਵਾਲੇ ਜੱਟ ਦੇ ਗੱਲ ਹੀ ਸਾਰੀ ਤੇਰੀ ਇੰਟਰਵਿਊ 'ਚ ਸਿੱਧੂ ਦੀ ਚੱਲਦੀ ਰਹੀ ਸਿੱਧੂ ਨੂੰ ਮਿਲਿਆ ਸਿੱਧੂ ਬੈਠਾ ਸਿੱਧੂ ਨੇ ਮੈਨੂੰ ਅੱਖ ਚੱਕ ਪਾਈ ਤੇ ਸਿੱਧੂ ਨੇ ਮੈਨੂੰ ਪਛਾਣਿਆ ਅਸੀਂ ਬੈਠਾ ਸਿੱਧੂ ਨੂੰ ਤਾਂ ਸੁਣੀ ਨਹੀਂ ਸੁਣੀ ਮਤਲਬ ਸਿੱਧੂ ਆ ਕੇ ਸਾਡੀ ਗੱਡੀ 'ਚ ਬਹਿ ਗਿਆ ਫਿਰ ਮੈਂ ਸਿੱਧੂ ਆ ਕੇ ਸਾਡੀ ਗੱਡੀ 'ਚ ਬਹਿ ਗਿਆ ਸਿੱਧੂ ਨੇ ਸੁਣਾਤਾ ਸਿੱਧੂ ਨੂੰ ਸੀਗਾ ਸਿੱਧੂ ਦਾ ਫੋਨ ਆ ਗਿਆ ਕਹਿੰਦਾ ਸਿੱਧੂ ਕਹਿੰਦਾ ਸਿੱਧੂ ਅਸੀਂ ਮੂਹਰੇ ਬਿਠਾ ਲਿਆ ਤੇ ਬਾਕੀ ਉਹ ਸਿੱਧੂ ਨੇ ਸ਼ੇਅਰ ਕੀਤਾ ਸੀਗਾ ਸਿੱਧੂ ਵੈਂਟ ਟੂ ਇੰਡੀਆ ਸਿੱਧੂ ਵੈਂਟ ਟੂ ਆਸਟ੍ਰੇਲੀਆ ਟੂ ਜਿੱਥੇ ਸਿੱਧੂ ਦੀ ਮੈਨੂੰ ਕਾਲ ਆਈ ਮੈਨੂੰ ਤੇ ਤੀਜਾ ਬਾਈ ਗ੍ਰੈਜਿਸ ਹੁਣ ਤਾਂ ਛੱਡ ਦੇ ਬਾਈ ਤੈਨੂੰ ਪਤਾ ਵੀ ਹੁਣ ਅੱਗੋਂ ਜਵਾਬ ਤਾਂ ਆਉਣਾ ਨਹੀਂ ਹੈਗਾ ਬਾਈ ਦਾ ਸਰੀਰ ਹੈ ਨਹੀਂ ਇੱਥੇ ਤਾਂ ਫਾਇਦਾ ਨਾ ਚੱਕੋ ਇਸ ਚੀਜ਼ ਦਾ ਜਵਾਬ ਦੇਣ ਲਈ ਅਸੀਂ ਬੈਠੇ ਹਾਂ ਸਿੱਧੂ ਨੇ ਸਾਨੂੰ ਬਹੁਤ ਦਿੱਤਾ ਵਾ ਠੀਕ ਆ ਅਤੇ ਦੂਜਾ ਗ੍ਰੈਜਿਸ ਛੱਡ ਦੇਣੇ ਚਾਹੀਦੇ ਆ ਬੰਦੇ ਨੂੰ ਮੰਨ ਲੈਣਾ ਚਾਹੀਦਾ ਉਹ ਲੈਜੈਂਡ ਹੈ ਰਹੂਗਾ ਠੀਕ ਆ ਤੈਨੂੰ ਬਹੁਤ ਗ੍ਰੈਜਿਸ ਨੇ ਵੀ ਮੈਨੂੰ ਸਿੱਧੂ ਨੇ ਨਹੀਂ ਬਣਾਇਆ ਮੇਰੇ ਕੋਲ ਧੱਕੇ ਨਾਲ ਉਹ ਰੈਪ ਮੰਗਦਾ ਸੀ ਵਰਸ ਮੰਗਦਾ ਸੀ ਸਿੱਧੂ ਨੂੰ ਲੋੜ ਪਈ ਸੀ ਨਾ ਵੀ ਨਸੀਬ ਦੇ ਦੇ ਮੈਨੂੰ ਜੇ ਸਿੱਧੂ ਮੈਨੂੰ ਇੱਕ ਵਾਰੀ ਵੀ ਰੱਬ ਚਾਸ ਦਿੰਦਾ ਨਾ ਸਿੱਧੂ ਮੂਹਰੇ ਬਹਿ ਕੇ ਉਹ ਕਰਦਾ ਮੈਂ ਪਹਿਲਾਂ ਤੁਹਾਨੂੰ ਜੱਫੀ ਪਾਉਣੀ ਸੀ ਫਿਰ ਮੈਂ ਕਹਿਣਾ ਭਰਾਵਾ ਛੱਡ ਆ ਸਾਰੀਆਂ ਚੀਜ਼ਾਂ ਤੂੰ ਉਹੀ ਲੈ ਲੈ ਇੱਕ ਗਾਣਾ ਉਹੀ ਚੱਕਰ ਨੇ ਬਾਕੀ ਬਾਈ ਮੈਨੂੰ ਪਤਾ ਲੱਗਿਆ ਜਿਹੜਾ ਆਹ ਨਾਮ ਆ ਨਸੀਬ ਇਹ ਵੀ ਸੁਲਤਾਨ ਦੀ ਬਖਸ਼ ਆ ਸੁਲਤਾਨ ਨੇ ਨਾਂ ਦਿੱਤਾ ਵਾ ਬਾਕੀ ਹੋਇਆ ਕੀ ਸੀ ਤਿੰਨ ਚਾਰ ਸਾਲ ਪਹਿਲਾਂ ਯਾਦ ਹੀ ਹੋਣਾ ਨਾ ਰੈਪ ਗੇਮ 'ਚ ਰੈਪ ਖਤਮ ਹੋ ਗਿਆ ਸੀ ਤੇਰਾ ਖਤਮ ਕਰਤਾ ਸੀ ਨਾ ਤਾਂ ਫਿਰ ਰਹਿਣ ਦੇਣਾ ਚਾਹੀਦਾ ਐਵੇਂ ਮੁੜ ਤੁੜ ਕੇ ਜਿਹੜਾ ਬੰਦਾ ਸਭ ਨਾਲੋਂ ਮੈਨੂੰ ਤੇਰੇ ਤੋਂ ਨਹੀਂ ਤਕਲੀਫ ਹੈਗੀ ਮੈਨੂੰ ਇੰਟਰਵਿਊ ਲੈਣ ਵਾਲੇ ਤੋਂ ਜਿਹੜੀਆਂ ਉੱਥੇ ਗੱਲਾਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਜਿਹੜਾ ਬੰਦਾ ਰਿਹਾ ਹੀ ਨਹੀਂ ਉਹਦੇ ਨਾਲ ਤੁਸੀਂ ਨੁਕਤਾਚੀਨੀ ਕਰੀ ਜਾਂਦੇ ਹੋ ਉਹਨੇ ਮੈਨੂੰ ਐਂ ਮੈਂ ਫੋਨ ਨਹੀਂ ਚੱਕਿਆ ਐਂ ਨਹੀਂ ਕੀਤਾ ਬਾਈ ਉਹ ਚਲਾ ਗਿਆ ਦੁਨੀਆ ਤੋਂ ਤੈਨੂੰ ਪਤਾ ਹੁਣ ਅੱਗੋਂ ਜਵਾਬ ਨਹੀਂ ਆਉਣਾ ਪਰ ਜਵਾਬ ਆਉਣਾ ਜਵਾਬ ਸਾਡੇ ਵਰਗਿਆਂ ਤੋਂ ਆਉਣਾ ਅਸੀਂ ਫੈਨ ਹਾਂ ਅਸੀਂ ਸਾਡਾ ਬਾਈ ਆ ਸਿੱਧੂ ਠੀਕ ਆ ਸਾਡਾ ਕਨੈਕਸ਼ਨ ਮੈਂ ਵੀ ਮਿਲਿਆ ਹੋਇਆ ਬਾਈ ਨੂੰ ਠੀਕ ਆ ਜਦੋਂ ਉਹ ਇੰਡਸਟਰੀ 'ਚ ਕਦਮ ਵੀ ਨਹੀਂ ਰੱਖਿਆ ਸੀ ਮੈਂ ਉਦੋਂ ਦਾ ਮਿਲਿਆ ਹੋਇਆ ਮੈਂ ਜਾਣਦਾ ਸਿੱਧੂ ਨੂੰ ਕਿੱਦਾਂ ਦਾ ਸੋ ਰਹਿਣ ਦਿਆ ਕਰੋ ਪੱਗ ਨੂੰ ਮੂਹਰੇ ਨਾ ਲਿਆਇਆ ਕਰੋ ਵੀ ਪੱਗ ਬੰਨਦਾ ਤਾਂ ਤੁਸੀਂ ਰੋਡੇ ਖੋਡੇ ਹੋ ਅਸੀਂ ਰੋਡੇ ਖੋਡੇ ਹੀ ਬਹੁਤ ਚੰਗੇ ਹਾਂ ਜੇ ਪੱਗ ਦਾ ਤੁਸੀਂ ਆਈਡੈਂਟੀ ਇਹ ਉਹ ਲਾਸਟ 'ਤੇ ਕੀ ਬੋਲਿਆ ਸੀ ਕੀ ਕਿਹਾ ਸੀ ਮੈਨੂੰ ਸਮਝ ਨਹੀਂ ਲੱਗਿਆ ਗਾਟ ਯੂ ਮੈਨੂੰ ਆਉਂਦੀ ਨਹੀਂ ਬੜਾ ਹੀ ਅੰਗਰੇਜ਼ੀ ਇੰਨੀ ਜੀ ਮਤਲਬ ਵੀ ਸਿੱਧੇ ਸਾਧੇ ਜੇ ਬੰਦੇ ਆ ਬਾਕੀ ਇੰਟਰਵਿਊਆਂ ਚੈੱਕ ਕਰ ਲਈ ਵਿੱਚੋਂ ਵਿੱਚ ਹੀ ਫੈਨਸ ਵਾਲੇ ਜੱਟ ਦੇ ਸੀ ਬੱਠਾ ਸਿੱਧੂ ਨੂੰ ਤਾਂ ਸੁਣੀ ਦਾ ਹੀ ਸੁਣੀ ਦਾ ਸੀਗਾ ਉਹ ਹੁਣ ਵੀ ਸੁਣਦੇ ਆ ਮੈਂਡੋ ਆ ਐਨਰਜੀ ਬੂਸਟਰ ਹੈ ਹੈ ਨਾ ਤਾਂ ਇੰਟਰਵਿਊ ਅੱਜ ਚੈੱਕ ਕਰ ਲਈ ਤੇ ਥੱਲੇ ਕਮੈਂਟ ਅੱਛਾ ਗਾਣਾ ਤੁਸੀਂ ਕੱਢੋ ਕਮੈਂਟਾਂ ਵਿੱਚ ਜੱਟ ਨਜ਼ੀਬ ਜਿੰਨੇ ਗਾਣੇ ਕੱਢੇਗਾ ਥੱਲੇ ਕਮੈਂਟਾਂ 'ਚ ਜੱਟ ਹੀ ਮਿਲਣਾ ਹੁਣ ਉਹ ਜਾ ਬਹਿ ਜਾ ਭਰਾਵਾ ਆਪਦਾ ਪੋਡਕਾਸਟ ਚਲਾਉਣਾ ਹੋਣਾ ਇਹ ਕਲਿੱਪ ਕੱਟ ਗਏ ਤੂੰ ਹੈ ਨਾ ਤੂੰ ਮੂੰਹ 'ਤੇ ਦੇਖਣ ਤੋਂ ਮੈਨੂੰ ਥਰਡ ਕਲਾਸ ਛਪਰੀ ਜਿਹਾ ਲੱਗਦਾ ਅਤੇ ਹੁਣ ਮੈਂ ਕੀ ਕਹਾਂ ਇਹ ਤੋਂ ਵੱਧ ਘਬਰਾਹਟ ਹੋਣ ਲੱਗ ਗਈ ਨਾ ਘਬਰਾ ਬੜੀ ਜਲਦੀ ਜਾਂਦਾ ਨਸੀਬ ਤੂੰ ਕੋਈ ਗੱਲ ਨਹੀਂ ਤੈਨੂੰ ਸਮਝ ਲੱਗੀ ਨਹੀਂ ਨਾ ਗੱਲ ਦੀਆਂ ਮੇਰੀਆਂ ਤੈਨੂੰ ਤੇਰੀ ਭਾਸ਼ਾ 'ਚ ਹੀ ਸਮਝਾਊਂਗਾ ਜਲਦੀ ਬਦ ਨਸੀਬ ਜੀ ਨੂੰ ਫਿਰ ਦੋ ਲਾਈਨਾਂ ਦੋ ਲਾਈਨਸ ਪਲੇ ਕੀਤੀਆਂ ਜਾਣ ਪੂਰੀ ਲੈ ਕੇ ਸਵਾਰ ਤੈਨੂੰ ਪਹਿਲਾਂ ਠੋਕੇ ਆ ਸੀ ਤੈਨੂੰ ਕਿਉਂ ਨਹੀਂ ਯਾਦ।